ਨਾਮ ਵਾਹਿਗੁਰੂ ਸਾਹਿਬ ਜੀਓ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉਂ ਤਤ ਮਿਲਾਇਓ। ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ। ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬਯਣ ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜੁਨ ਭਿਖੋ ਨਯਣ। ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਉਰ ਆਦਿ ਪੁਰਖ ਪ੍ਰਤੱਖ ਲਿਖਿਓ ਅਛਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ 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 ਗੁਰ ਗੁਰੂ ਕਹਾਇਓ। ਪਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ। ਪਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸਨਮੁਖ ਰਹੋ ਕਲਯੁਗ ਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗਬੇ ਤਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਅਜ਼ਮਤ ਬਖਸ਼ਿਸ਼ ਟਲਦੀ ਸ਼ਾਮ ਅਸੀਂ ਸਤਸੰਗੀ ਬਣੇ ਹਾਂ। ਗੁਰਬਾਣੀ ਕੀਰਤਨ ਦੀ ਚੌਂਕੀ ਸੰਪੂਰਨ ਹੋਈ। ਹੁਣ ਸਮਾਂ ਗੁਰਸ਼ਬਦ ਵਿਆਖਿਆ ਦਾ ਹੈ। ਸ਼ਾਮ ਦੇ ਦੀਵਾਨ ਵਿੱਚ ਸਵਈਏ ਮਹਲੇ ਪੰਜਵੇਂ ਕੇ ਇਹ ਵਿਚਾਰੇ ਜਾ ਰਹੇ ਨੇ। ਬੀਤੇ ਦੇ ਵਿੱਚ ਅਸੀਂ ਭੱਟ ਕਲ ਜੀ ਦੁਆਰਾ ਉਚਰਿਤ ਕੀਤੀ ਗਈ ਰਚਨਾ ਵਿਚਾਰ ਰਹੇ ਸੀ। ਅੱਜ ਸਾਨੂੰ ਸਮਾਂ ਬਣਿਆ ਹੈ ਭੱਟ ਮਥੁਰਾ ਜੀ ਦੁਆਰਾ ਉਚਰਿਤ ਕੀਤੇ ਗਏ ਬਚਨਾਂ ਦੇ ਨਾਲ ਆਤਮ ਸਾਧ ਹੋ ਸਕੀਏ। ਵਾਕ ਆਪਣੇ ਸਰੋਤ ਪਾਇਆ ਹੈ, ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਦੁਬਾਰਾ ਫਿਰ ਬੇਨਤੀ ਕਿ ਜੋ ਬਚਨ ਨੇ ਮਹਿੰਗੇ ਬਚਨ ਨੇ, ਇਹਨਾਂ ਦੀ ਭਾਸ਼ਾ ਬੜੀ ਗਹਿਰੀ ਹੈ, ਇਹਨਾਂ 'ਚ ਜੋ ਬ੍ਰਿਤਾਂਤ ਸਿਰਜਿਆ ਗਿਆ ਅਧਿਆਤਮ ਤਲ 'ਤੇ ਬੜੇ ਕਮਾਲ ਦੇ ਮੈਟਾਫੋਰਸ ਦੇ ਵਿੱਚ ਆ। ਸੋ ਵਿਲ ਟਰਾਈ ਆਵਰ ਬੈਸਟ ਟੂ ਗ੍ਰੈਬ ਦਾ ਮੈਸੇਜ ਫਰੋਮ ਦੀਜ਼ ਯੂ ਕੈਨ ਸੇ ਡਿਵਾਈਨ
lines as Maharaj will bless us. So jadon shuruaat kar rahe haan bachaniya jot roop har aap guru nanak kahayo taan te angad bhayo tat sun tat milayo. Jot ਆਪਾਂ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠੇ ਹਾਂ ਅਤੇ ਆਪ ਜਦੋਂ ਅਰਦਾਸ ਵੀ ਹੋ ਰਹੀ ਹੁੰਦੀ ਹੈ, ਅਰਦਾਸ ਸੁਣਦੇ ਹੋ ਜਾਂ ਆਪ ਪੜ੍ਹਦੇ ਹੋ ਅਤੇ ਜਦੋਂ ਦਸਾਂ ਗੁਰੂਆਂ ਦੇ ਅਸੀਂ ਨਾਂ ਲੈ ਲੈਂਦੇ ਹਾਂ ਕਿ ਜਦੋਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਸੈਂ ਹੋਈ ਸਹਾਇ, ਸਾਰਾ ਅਸੀਂ ਪਤਾ ਪੜ੍ਹ ਲੈਂਦੇ ਹਾਂ ਅਤੇ ਅਖੀਰ ਫਿਰ ਅਸੀਂ ਕਹਿੰਦੇ ਹਾਂ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਅਸੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਰੂਪ ਕਹਿੰਦੇ ਹਾਂ, ਜੋਤ ਸਵਰੂਪ ਕਹਿੰਦੇ ਹਾਂ। ਸੋ ਜੋਤ ਉਹ ਜੋ ਕਿਹਾ ਜਾਏ ਕਿ ਉਸ ਡਿਵਾਈਨ ਐਬਿਲਿਟੀ ਨੂੰ, ਡਿਵਾਈਨ ਲਾਈਟ ਨੂੰ, ਉਹਦੀ ਗੱਲ ਕੀਤੀ ਜਾ ਰਹੀ ਹੈ। ਅਤੇ ਮੁਕਾਮੀ ਤੌਰ 'ਤੇ ਸਾਡਾ ਸਕੂਲ ਵਾਰ ਵਾਰ ਇਹ ਕਹਿ ਰਿਹਾ, ਸਿੱਖੀ ਸਕੂਲ ਦੀ ਮੈਂ ਗੱਲ ਕਰ ਰਿਹਾ, ਕਿ ਗੁਰੂ ਜੋਤ ਹੈ, ਗੁਰੂ ਪ੍ਰਕਾਸ਼ ਹੈ, ਗੁਰੂ ਸਾਡੀ ਸੁਰਤ ਦੀ ਜਿਹੜੀ ਕਹਿ ਲਈਏ ਕਿ ਸਾਡੀ ਜਿਹੜੇ ਸਾਡਾ ਇਨਰ ਆ ਉਹਦੀ ਇਨਲਾਈਟਮੈਂਟ ਆ। ਇਹ ਮਨੁੱਖ ਲਈ ਬੜਾ ਲਾਜ਼ਮੀ ਹੈ ਕਿ ਉਹ ਗੁਰੂ ਇੰਸਟੀਟਿਊਸ਼ਨਸ ਨੂੰ, ਗੁਰੂ ਸੰਸਥਾ ਨੂੰ, ਗੁਰੂ ਜੋ ਗੁਰੂ ਹਸਤੀ ਹੈ ਉਸਨੂੰ ਉਸ ਰੂਪ ਵਿੱਚ ਅਹਿਸਾਸ ਸਕੇ, ਸਮਝ ਸਕੇ, ਉਸ ਰੂਪ ਵਿੱਚ ਜਾਣ ਸਕੇ। ਮਤਲਬ ਉਲੇਖੇ ਦੇ ਰੂਪ ਵਿੱਚ ਇਹ ਹੈ ਕਿ ਅਸੀਂ ਮਤਲਬ ਮਾਨਵੀ ਪਰਿਪੇਖ ਦੇ ਵਿੱਚ ਚੀਜ਼ਾਂ ਨੂੰ ਬੜੇ ਸੁਪਰਫਿਸ਼ੀਅਲ ਵੇ ਦੇ ਨਾਲ, ਬੜੇ ਲੋਅਰ ਮੈਨਰਸ ਦੇ ਵਿੱਚ ਕਈ ਵਾਰੀ ਦੇਖ ਲੈਂਦੇ ਹਾਂ। ਮਹਾਰਾਜ ਦੀ ਪਾਵਨ ਬਾਣੀ ਦੇ ਵਿੱਚ ਪੱਟ ਸਾਹਿਬਾਨ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕਰ ਰਹੇ ਨੇ ਤਾਂ ਕਹਿ ਰਹੇ ਨੇ ਕਿ ਉਹ ਜੋਤ ਰੂਪ ਆ, ਅਤੇ ਜੋਤ ਰੂਪ ਇੱਕ ਸਰੀਰ ਵਿੱਚ ਵਰਤੀ ਹੈ, ਵਰਤ ਕੇ ਉਸਨੇ ਆਪਣਾ ਜਲਵਾ ਬਿਖੇਰਿਆ ਹੈ, ਉਸ ਜਲਵੇ ਨੂੰ ਉਹ ਜੋਤ ਹਮੇਸ਼ਕਾਲੀ ਫੈਲਾਉਂਦੀ ਹੋਈ ਇਸੇ ਸੰਸਾਰ ਦੇ ਵਿੱਚ ਬਾਣੀ ਦਾ ਚੋਗਾ ਪਾ ਕੇ ਵਰਤ ਰਹੀ ਹੈ। ਸੋ ਇਹ ਬਾਤ ਹੋ ਰਹੀ ਹੈ। ਇੱਥੇ ਸਾਨੂੰ ਜਿਹੜੀ ਸਰੀਰ ਆਸਥਾ ਨਹੀਂ ਗਈ, ਇੱਥੇ ਵਿਅਕਤੀ ਆਸਥਾ ਨਹੀਂ ਗਈ, ਇੱਥੇ ਸ਼ਕਤੀ ਆਸਥਾ ਦੇ ਰੂਪ ਵਿੱਚ ਲਿਆਂਦਾ ਜਾ ਰਿਹਾ ਹੈ। ਅਤੇ ਇਸੇ ਰੂਪ ਵਿੱਚ ਕਈ ਵਾਰੀ ਅਸੀਂ ਮਤਲਬ ਚੀਜ਼ਾਂ ਨੂੰ ਨਹੀਂ ਸਮਝ ਪਾਉਂਦੇ। ਜਿਵੇਂ ਕਈ ਵਾਰੀ ਹੋਈਆਂ ਇਸ ਤਰ੍ਹਾਂ ਦੀਆਂ ਬਾਤਾਂ ਮੈਨੂੰ ਯਾਦ ਹੈ, ਗੁਰਮਤਿ ਕਾਲਜ ਪਟਿਆਲੇ ਵਾਲੇ ਜਿਨ੍ਹਾਂ ਨੇ ਗੁਰਮਤਿ ਕਾਲਜ ਪਟਿਆਲੇ ਦੀ ਸਥਾਪਨਾ ਕੀਤੀ, ਅਕੈਡੈਮਿਕ ਲੈਵਲ 'ਤੇ ਗੁਰਬਾਣੀ ਦੇ ਪਠਨ ਪਾਠਨ ਨੂੰ, ਗੁਰਮਤਿ ਸਕੂਲ ਆਫ ਥੋਟ ਨੂੰ ਸਮਝਣ ਵਾਸਤੇ ਯਤਨ ਕਰਵਾਇਆ। ਬਾਬਾ ਗੁਰਮੁਖ ਸਿੰਘ ਦੀ ਗੱਲ ਕਰ ਰਹੇ ਹਾਂ ਪਟਿਆਲੇ ਵਾਲਿਆਂ ਦੀ, ਅਤੇ ਅਦਰਵਾਈਜ਼ ਮਤਲਬ ਲੋਕ ਆਪਾਂ ਆਪਣੇ ਕਲਟ ਡੇਰੇ ਕੀ ਕੁਛ ਨਹੀਂ ਬਣਾਉਂਦੇ ਧਰਤੀ 'ਤੇ। ਅਤੇ ਜਿਹਨੇ ਸੋਚ 'ਚ ਗ੍ਰੰਥ ਅਤੇ ਪੰਥ ਦੀ ਵਿਆਖਿਆ ਬਿਲਕੁਲ ਸਪਸ਼ਟ ਆ, ਉਸਨੇ ਸਾਰੀ ਉਮਰ ਦਾ ਮਤਲਬ ਐਫਰਟ ਪਾ ਕੇ ਸੰਗਤਾਂ ਤੋਂ, ਸਰਮਾਏਦਾਰਾਂ ਤੋਂ ਦੌਲਤ ਸਰਮਾਇਆ ਇਕੱਠਾ ਕਰਕੇ, ਅਤੇ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚੋਂ ਕੁਝ ਇਸ ਕਿਸਮ ਦੀ ਇਕਨੋਮੀਕਲ ਕਹਿ ਲਓ ਸਮਝ ਰੱਖਣ ਵਾਲੇ ਐਬਿਲਿਟੀ ਸੀ ਜਿਨ੍ਹਾਂ ਦੇ ਕੋਲ, ਉਹਨਾਂ ਲੋਕਾਂ ਦੇ ਕੋਲ ਲੈ ਕੇ ਉਹ ਸਾਰਾ ਸਰਮਾਇਆ ਗਏ ਅਤੇ ਉਹਨਾਂ ਨੂੰ ਕਿਹਾ ਵੀ ਆ ਲਓ ਫੜੋ, ਇਹਦਾ ਕੋਈ ਟਰੱਸਟ ਬਿਲਡ ਕਰੋ, ਅਤੇ ਇਸ ਟਰੱਸਟ ਦੇ ਬੇਸ ਦੇ ਉੱਤੇ ਜੋ ਇਹਦੇ 'ਚੋਂ ਇਵਜਾਨਾ ਆਏਗਾ, ਜੋ ਇਹਦੇ 'ਚ ਇਨਕਮ ਜਨਰੇਟ ਹੋਏਗੀ, ਉਹਦੇ ਬੇਸਿਸ 'ਤੇ ਅਸੀਂ ਕੁਝ ਪੰਥਕ ਅਕੈਡੈਮਿਕ ਇੰਸਟੀਟਿਊਸ਼ਨ ਬਿਲਡ ਕਰਨੇ ਨੇ। ਉਹਦੇ ਵਿੱਚੋਂ ਇੱਕ ਗੁਰਮਤਿ ਕਾਲਜ ਪਟਿਆਲਾ ਉਹ ਬਣਿਆ ਉਸ ਰੂਪ ਵਿੱਚ। ਖੈਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਉੱਥੇ ਬਾਤ ਹੁੰਦੀ ਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ, ਅਤੇ ਬਾਬਾ ਜੀ ਆਪ ਗੁਰੂ ਕੀ ਸੰਗਤ ਵਿੱਚ ਮੌਜੂਦ ਸੀਗੇ, ਵੱਖਰੇ ਵੱਖਰੇ ਢੰਗ ਦੇ ਨਾਲ ਸ਼ਬਦ ਕੀਰਤਨ ਹੋ ਰਿਹਾ ਆ, ਸਭ ਚੀਜ਼ਾਂ ਚੱਲ ਰਹੀਆਂ ਨੇ। ਇੱਕ ਸ਼ਹਿਰ ਤੋਂ
ਕੋਈ ਟੀਚਰ ਹੋਣਗੇ ਉਹ ਆਏ ਅਤੇ ਉਹਨਾਂ ਨੇ ਆ ਕੇ ਰਿਕੁਐਸਟ ਕੀਤੀ ਸਟੇਟ ਸੈਕਟਰੀ ਨੂੰ ਕਿ ਮੈਂ ਇੱਕ ਕਵਿਤਾ ਪੜ੍ਹਨੀ ਹੈ ਜੇ ਮੈਨੂੰ ਤੁਸੀਂ ਇਜਾਜ਼ਤ ਦੇ ਦਿਓ ਤੇ ਅਤੇ ਉਹਨਾਂ ਨੇ ਬਾਬਾ ਜੀ ਨੂੰ ਕਿਹਾ ਵੀ ਕੋਈ ਸ਼ਬਦ ਨਹੀਂ ਗਾਇਣਾ, ਗਾਇਨ ਕਰਨਾ, ਕਹਿ ਰਹੀ ਹੈ ਕਵਿਤਾ ਪੜ੍ਹਨੀ ਹੈ, ਤੁਸੀਂ ਦੱਸੋ। ਕਹਿੰਦੇ ਜੀ ਕੋਈ ਨਾ ਜੀ, ਜ਼ਰੂਰ, ਜੇ ਤਾਂ ਮਨੋਭਾਵ ਹੈ ਇਹ ਮਹਾਰਾਜ ਜੀ ਨੂੰ ਇਸ ਕਿਸਮ ਦੇ ਨਾਲ ਆਪਣੀ ਅਕੀਦਤ ਦੇ ਫੁੱਲ ਅਦਾ ਕਰਨਾ ਚਾਹੁੰਦੀ ਹੈ, ਇਹਨੂੰ ਇਜਾਜ਼ਤ ਦਿੱਤੀ ਜਾਏ। ਅਤੇ ਉਹ ਸਟੇਜ 'ਤੇ ਬੈਠੀ ਤਾਂ ਉਸਨੇ ਬੜੇ ਵਜਦ 'ਚ ਉਹ ਗੀਤ ਗਾਇਆ ਕਿ ਸਤਿਗੁਰੂ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ, ਇਸ ਰੂਪ ਦੇ ਵਿੱਚ। ਖੈਰ ਉਹ ਬੜਾ ਸਾਰੀ ਸੰਗਤ ਨੇ ਮਾਣਿਆ ਉਹ ਸਾਰਾ ਗੀਤ। ਜਦੋਂ ਸਾਰਾ ਸਮਾਪਤ ਹੋ ਗਿਆ ਤਾਂ ਬਾਬਾ ਜੀ ਕਹਿੰਦੇ ਖੜ੍ਹੇ ਹੋ ਗਏ, ਉਹਨਾਂ ਨੇ ਮਾਈਕ ਫੜਿਆ ਅਤੇ ਕਹਿਣਗੇ ਬੀਬੀ ਜੀ ਤੁਹਾਡਾ ਧੰਨਵਾਦ, ਤੁਸੀਂ ਇੱਥੇ ਸੰਗਤ 'ਚ ਹਾਜ਼ਰੀ ਲਵਾਈ ਆ ਕੇ, ਤੋ ਸ਼ੁਕਰੀਆ ਉਸ ਵਾਸਤੇ। ਪਰ ਜੋ ਤੁਸੀਂ ਗੀਤ ਗਾਇਆ ਉਸ ਵਾਕਿਆ 'ਚ ਜਿਸ ਵਜ੍ਹਾ 'ਤੇ ਤੁਸੀਂ ਗਾ ਰਹੇ ਸੀਗੇ, ਜੇ ਕਿਤੇ ਗੁਰੂ ਨਾਨਕ ਸਾਹਿਬ ਸੁਣ ਲੈਣ ਅਤੇ ਉਹ ਆ ਹੀ ਜਾਣ ਤੁਹਾਡੀ ਆਵਾਜ਼ ਸੁਣ ਕੇ ਵੀ ਸਤਿਗੁਰੂ ਨਾਨਕ ਆ ਜਾ ਸੰਗਤ ਪਈ ਪੁਕਾਰ ਦੀ, ਵੀ ਉਹ ਆ ਜਾਣ, ਅਤੇ ਸਾਡੇ ਲਈ ਡਾਇਲੇਮਾ ਇਹ ਹੋਏਗਾ ਵੀ ਗੁਰੂ ਨਾਨਕ ਸਾਹਿਬ ਨੂੰ ਬਿਠਾਵਾਂਗੇ ਕਿੱਥੇ। ਮਤਲਬ ਤੁਸੀਂ ਥੋੜ੍ਹੀ ਸਾਡੀ ਇਹਦੇ 'ਚ ਵੀ ਮਦਦ ਕਰਦੇ ਹੋ। ਹੁਣ ਗੁਰੂ ਨਾਨਕ ਸਾਹਿਬ ਆ ਜਾਣ ਅਤੇ ਉਹਨਾਂ ਨੂੰ ਅਸੀਂ ਗੁਰੂ ਦੀ ਰੂਪ ਵਿੱਚ ਵੇਖਾਂਗੇ ਅਤੇ ਸੰਗਤ 'ਤੇ ਬਿਠਾ ਨਹੀਂ ਸਕਦੇ, ਅਤੇ ਤਾਬਿਆਂ ਵੀ ਉਸ ਰੂਪ ਵਿੱਚ ਜਿਹੜਾ ਹੈਗਾ ਨਹੀਂ ਬਿਠਾ ਸਕਦੇ ਆਸਣ 'ਤੇ, ਕਿਉਂਕਿ ਉੱਥੇ ਗੁਰੂ ਗ੍ਰੰਥ ਸਾਹਿਬ ਮੌਜੂਦ ਨੇ। ਸੋ ਬਿਠਾਵਾਂਗੇ ਕਿੱਥੇ ਅਸੀਂ, ਤੁਸੀਂ ਮਾੜੀ ਜੀ ਵੀ ਹੈਲਪ ਕਰ ਦਿਓ, ਤੁਹਾਡੀ ਆਵਾਜ਼ ਅਤੇ ਵਜ੍ਹਾ 'ਤੇ ਤੁਸੀਂ ਗਾ ਦਿੱਤਾ, ਜੇ ਆ ਹੀ ਜਾਣ ਗੁਰੂ ਨਾਨਕ ਸਾਹਿਬ ਤਾਂ ਬਿਠਾਓਗੇ ਕਿੱਥੇ। ਸੋ ਖੈਰ ਸਾਰੀ ਸੰਗਤ ਵੀ ਬੜੀ ਹੈਰਾਨ ਕੁੰਨ ਵੀ ਬਾਬਾ ਜੀ ਕੀ ਕਹਿ ਰਹੇ, ਅਤੇ ਬੀਬੀ ਜੀ ਵੀ ਕਹਿਣ ਲੱਗੀ ਜੀ ਮੈਂ ਮਾਫ਼ੀ ਚਾਹਾਂਗੀ, ਕੁਝ ਇਸ ਰੂਪ ਵਿੱਚ ਬਾਤ ਹੋ ਗਈ ਪਰ ਮੈਨੂੰ ਕੋਈ ਆਈਡੀਆ ਨਹੀਂ ਸੀ, ਅਤੇ ਆਮ ਲੋਕ ਇਸ ਰੂਪ ਵਿੱਚ ਗਾਉਂਦੇ ਅਤੇ ਕਿਸੇ ਨੇ ਲਿਖ ਦਿੱਤਾ ਅਤੇ ਮੈਂ ਯਾਦ ਕਰ ਲਿਆ ਅਤੇ ਵਜਾ ਮੈਂ ਗਾ ਦਿੱਤਾ। ਕਹਿੰਦੇ ਕਿ ਸੰਗਤ ਜੀ ਬੜੇ ਧਿਆਨ ਨਾਲ ਦੇਖੋ, ਗੁਰੂ ਨਾਨਕ ਸਾਹਿਬ ਕਿਤੇ ਗਏ ਹੋਣ ਤਾਂ ਕਿਤੋਂ ਆਉਣਗੇ ਨਾ, ਉਹ ਤਾਂ ਹੈ ਹੀ ਕਾਇਮ ਦਾਇਮ ਮੌਜੂਦ ਆ। ਇੱਥੇ ਸਾਡੀ ਅਸੀਂ ਹੀ ਨਿਗਾਹ ਤੋਂ ਵਿਰਵੇ ਹੋ ਗਏ ਹਾਂ। ਸਤਿਗੁਰੂ ਬਾਬਾ ਜੀ ਬਿਆਨ ਕਰਦੇ ਕਿ ਸਤਿਗੁਰ ਜਾਗਤਾ ਹੈ ਦਿਓ, ਭੂਲੀ ਮਾਲਣੀ ਹੈ ਇਹੋ। ਇੱਥੇ ਮਾਲਣ ਭੁੱਲ ਗਈ ਏ, ਉਹ ਤਾਂ ਉਹ ਤਾਂ ਜਾਗਤ ਜੋਤ ਆ, ਉਹ ਤਾਂ ਹਰ ਵਕਤ ਕਾਇਮ ਦਾਇਮ ਮੌਜੂਦ ਆ। ਅਸੀਂ ਜਦੋਂ ਗੁਰੂ ਨੂੰ ਜੋਤ ਰੂਪ ਵਿੱਚ ਨਹੀਂ ਵੇਖ ਪਾ ਰਹੇ, ਫਿਰ ਅਸੀਂ ਉਹਨੂੰ ਸਰੀਰ ਰੂਪ ਵਿੱਚ ਵੇਖਦੇ ਅਤੇ ਸਰੀਰ ਰੂਪ ਦੇ ਵਿੱਚ ਆ ਕੇ ਫਿਰ ਕਹਿੰਦੇ ਹਾਂ ਕਦੀ ਉਹ ਫਲਾਂ ਸਮਾਂ ਸੀਗਾ, ਉਦੋਂ ਆ ਸੀਗਾ, ਉਸ ਰੂਪ ਵਿੱਚ ਚੰਗਾ ਸੀਗਾ, ਇਸ ਰੂਪ ਵਿੱਚ ਮਾੜਾ ਸੀਗਾ। ਬਾਬਾ ਜੀ ਕਹਿੰਦੇ ਉਹ ਜੋਤ ਰੂਪ ਆ, ਅਤੇ ਉਹ ਜੋਤ ਰੂਪ ਕੋਈ ਹੋਰ ਨਹੀਂ, ਹਰ ਦਾ ਰੂਪ ਆਪ ਹੀ ਹੈ, ਹਰ ਹੀ ਰੂਪ ਵਟਾ ਕੇ ਆਮਦ ਲੈ ਰਿਹਾ ਹੈ। ਫਿਰ ਬਚਨ ਦੇ ਨਾਲ ਜੁੜਿਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਸ ਜੋਤ ਨੇ ਆਪਣੇ ਆਪ ਨੂੰ ਹੀ ਗੁਰੂ ਨਾਨਕ ਕਹਾ ਲਿਆ, ਵਾਹਿਗੁਰੂ ਆਪ ਹੀ ਗੁਰੂ ਨਾਨਕ ਦਾ ਰੂਪ ਵਟਾ ਗਿਆ ਉਸ ਰੂਪ 'ਚ, ਇਹ ਬਾਤ ਹੋ ਰਹੀ ਹੈ। ਹੁਣ ਇਹਦੇ 'ਚ ਹੀ ਅਸੀਂ ਅਵਤਾਰਾਂ ਦੀ, ਪੈਗੰਬਰਾਂ ਦੀ ਬੜੀਆਂ ਇਸ ਕਿਸਮ ਦੀਆਂ ਗੱਲਾਂ ਪੜ੍ਹਦੇ ਸੁਣਦੇ ਹਾਂ। ਸਰਲ ਕਰਕੇ ਬਿਆਨ ਕਰ ਦਿੰਦਾ, ਥੋੜ੍ਹਾ ਇਸ ਨੂੰ ਕੋਸ਼ਿਸ਼ ਕਰ ਦਿੰਦਾ। ਅਸੀਂ ਭਾਈ ਗੁਰਦਾਸ ਜੀ ਦੇ ਪਦੇ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ 'ਤੇ, ਪ੍ਰਕਾਸ਼ ਦਿਹਾੜੇ 'ਤੇ ਬੜੇ ਬਚਨ ਵਾਰ ਵਾਰ ਗਾਏ ਜਾਂਦੇ ਨੇ ਭਾਈ ਸਾਹਿਬ ਦੀਆਂ ਰਚਨਾਵਾਂ ਵਿੱਚੋਂ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਤੀਰਤ ਰੋਵਾ, ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਤਾਪਣ। ਸੋ ਆਪਣੇ ਬੜੀ ਬੜੀ ਸਰਸਰੋਤ ਪਾਇਆ ਹੋਣਾ ਹੈ। ਸੋ ਉਹਦੇ ਜਿਹੜਾ ਸ਼ਬਦ ਆ ਰਿਹਾ ਹੈ ਸਤਿਗੁਰੂ ਨਾਨਕ ਪ੍ਰਗਟਿਆ, ਹੁਣ ਪ੍ਰਗਟਿਆ ਪ੍ਰਗਟ ਹੋਣਾ, ਇਹ ਇੱਥੇ ਜਨਮਣ ਦੀ ਗੱਲ ਨਹੀਂ ਹੋ ਰਹੀ, ਇੱਥੇ ਪ੍ਰਗਟ ਹੋਣ ਦੀ ਗੱਲ ਹੋ ਰਹੀ ਹੈ। ਇਸ ਨੂੰ ਇਸ ਤਰ੍ਹਾਂ ਜਾਣੀਏ, ਆਪਾਂ ਜਿੰਨੇ ਵੀ ਜਿਹੜੇ ਫਰੂਟ ਟਰੀਜ਼ ਨੇ ਉਹਨਾਂ ਨੂੰ ਕਦੇ ਧਿਆਨ ਨਾਲ ਦੇਖੋ ਤੁਸੀਂ, ਉਹਨਾਂ ਦੇ 'ਚ ਕਮਾਲ ਇਹ ਹੈ ਕਿ ਜਿਹੜਾ ਉਸਨੂੰ ਫਰੂਟ ਲੱਗਦਾ ਆ, ਜਿਹੜਾ ਫਰੂਟ ਟਰੀ ਹੈ ਉਹਦਾ ਨਾਂ ਵੀ ਉਹ ਹੈ ਅਤੇ ਫਰੂਟ ਦਾ ਨਾਂ ਵੀ ਉਹ ਹੈ।
ਤੁਸੀਂ ਦੇਖੋ, ਅਸੀਂ ਕਹਿੰਦੇ ਹਾਂ ਅੰਬ ਹੈ, ਅੰਬ ਜੇ ਜਿਹੜਾ ਫਰੂਟ ਦੇ ਰੂਪ ਵਿੱਚ ਆ ਰਿਹਾ ਉਹ ਵੀ ਅੰਬ ਹੈ, ਜੇ ਕੋਈ ਬੂਟਾ ਹੈ ਤਾਂ ਆਹ ਚਾਰ ਅੰਬ ਖੜ੍ਹੇ ਨੇ ਇੱਥੇ ਉਹ ਵੀ ਅੰਬ ਨੇ। ਅੱਛਾ, ਅਮਰੂਦ ਫਲ ਦੇ ਰੂਪ ਵਿੱਚ ਵੀ ਅਮਰੂਦ ਹੈ ਅਤੇ ਉਹ ਬੂਟਾ ਵੀ ਆਹ ਅਮਰੂਦ ਲੱਗਾ ਆ। ਅਨਾਰ ਆ, ਅਨਾਰ ਫਲ ਦੇ ਰੂਪ ਵਿੱਚ ਵੀ ਅਨਾਰ ਆ, ਅਨਾਰ ਬੂਟੇ ਦੇ ਰੂਪ ਵਿੱਚ ਹੀ ਅਨਾਰ ਹੈ। ਇੱਥੇ ਆ ਜਾਓ ਤੁਸੀਂ, ਐਪਲ ਜਿਹੜਾ ਟ੍ਰੀ ਹੈ ਉਹ ਵੀ ਐਪਲ ਹੈ। ਵੀ ਹੈਵ ਐਕਚੁਲੀ ਫੋਰ ਪਲਾਂਟਸ, ਵਨ ਐਪਲ, ਵਨ ਚੈਰੀ, ਵਨ ਐਕਚੁਲੀ ਪਲੰਮ, ਯੂ ਨੋ ਯੂਜੂਅਲੀ ਪੀਪਲ ਸੇ ਲਾਈਕ ਦੈਟ। ਉਸਨੂੰ ਲੱਗਣ ਵਾਲਾ ਫਲ ਵੀ ਪਲੰਮ ਆ, ਉਹਨੂੰ ਲੱਗਣ ਵਾਲੀ ਚੈਰੀ, ਚੈਰੀ ਦਾ ਜਿਹੜਾ ਫਰੂਟ ਉਹ ਵੀ ਚੈਰੀ ਹੈ, ਚੈਰੀ ਦਾ ਬੂਟਾ ਵੀ ਚੈਰੀ ਹੈ। ਹੁਣ ਇਸ ਤਰੀਕੇ ਨਾਲ ਸਮਝੀਏ ਚੀਜ਼ਾਂ ਨੂੰ, ਨੋ ਡਾਊਟ ਉਹ ਵਾਹਿਗੁਰੂ ਹੀ ਜੋਤ ਰੂਪ ਹੋ ਕੇ ਰਵਿਆ ਚਾਰ ਚੁਪੇਰੇ ਇੱਥੇ, ਸਾਰੀ ਕਾਇਨਾਤ ਇਹ ਉਹਦੀ ਜੋਤ ਹੀ ਹੈ ਸਾਰੀ ਦੀ ਸਾਰੀ। ਜਿਹਨੂੰ ਮਹਾਰਾਜ ਨੇ ਆਪ ਕਿਹਾ ਸੀਗਾ ਕਿ ਜੇ ਕਿਸੇ ਨੇ ਵਾਹਿਗੁਰੂ ਨੂੰ ਵੇਖਣਾ ਹੋਵੇ ਤਾਂ ਕਿਵੇਂ ਵੇਖੋਗੇ? ਬਾਬਾ ਜੀ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹੀ ਹੈ ਜੋ ਸਭ ਵਿੱਚ ਰੌਸ਼ਨੀ ਹੋ ਕੇ ਵਰਤ ਰਿਹਾ ਹੈ। ਇਹਨੂੰ ਥੋੜ੍ਹਾ ਸ਼ੁਰੂਆਤ 'ਚ ਪੜ੍ਹੀਏ, ਜਦੋਂ ਆਰਤੀ ਦਾ ਵਾਕ ਆ, ਸੋਹਿਲਾ ਸਾਹਿਬ ਦੇ ਸ਼ਬਦ ਜੋ ਧਨਾਸਰੀ ਰਾਗ ਦਾ ਅਸੀਂ ਸ਼ਬਦ ਗਾਉਂਦੇ ਹਾਂ, ਮਹਾਰਾਜ ਕਹਿੰਦੇ ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਉਹਦੀਆਂ ਹੀ ਸਾਰੀਆਂ ਅੱਖਾਂ ਨੇ, ਸਹਿਸ ਤਵ ਨੈਣ, ਹਜ਼ਾਰਾਂ ਹਜ਼ਾਰਾਂ ਅੱਖਾਂ ਉਹੀ ਵਰਤ ਰਿਹਾ ਹੈ ਇਹਨਾਂ ਅੱਖਾਂ ਦੇ ਵਿੱਚ। ਨਨ ਨੈਣ ਹੈ ਤੋਹੇ ਕੋ, ਕੋਈ ਇੱਕ ਅੱਖ ਵੀ ਸੈਲਫ ਕਲੇਮਰ ਹੋ ਜਾਏ ਅਤੇ ਇਹ ਕਲੇਮ ਕਰਦੇ ਕਿ ਮੈਂ ਰੱਬ ਦੀ ਅੱਖ ਹਾਂ, ਇਕੱਲੀ ਅੱਖ ਨਹੀਂ, ਨਹੀਂ ਸਾਰੀਆਂ ਅੱਖਾਂ ਵਾਹਿਗੁਰੂ ਦੀਆਂ ਨੇ, ਸਾਰੀਆਂ ਵਿੱਚ ਆਪ ਰਵਣ ਕਰਕੇ ਬੈਠਾ ਹੈ। ਪਰ ਹਾਂ, ਕਦੀ ਕਦਾਰ ਇਸ ਰੂਪ ਵਿੱਚ ਕੁਦਰਤ ਵਰਤਦੀ, ਜਿਵੇਂ ਆਪਾਂ ਜੇ ਹੁਣੇ ਬਾਤ ਕੀਤੀ ਹੈ, ਪੂਰਾ ਬੂਟਾ ਹੀ ਅੰਬ ਦਾ ਬੂਟਾ ਹੈ, ਉਹਦਾ ਤਣਾ ਵੀ ਅੰਬ ਹੈ, ਉਹਦੇ ਵੱਡੇ ਵੱਡੇ ਟਾਹਣ ਵੀ ਅੰਬ ਨੇ, ਉਹਦੀਆਂ ਸ਼ਾਖਾਵਾਂ ਵੀ ਅੰਬ ਨੇ, ਉਹਦੇ ਪੱਤ ਵੀ ਅੰਬ ਨੇ, ਸਾਰੇ ਹੀ ਅੰਬ ਹੈ ਉਹ। ਪਰ ਇੱਕ ਸਮਾਂ ਆਉਂਦਾ ਜਦੋਂ ਕਿਤੇ ਕੁਦਰਤ ਰਵਣ ਦੇ ਘਰ ਵਿੱਚ ਆਉਂਦੀ ਹੈ ਅਤੇ ਕੀ ਕਰਦੀ ਹੈ, ਉਹਨਾਂ ਸ਼ਾਖਾਵਾਂ, ਉਹਨਾਂ ਟਾਹਣੀਆਂ ਨੂੰ ਥੋੜ੍ਹਾ ਥੋੜ੍ਹਾ ਬੂਰ ਪਾ ਦਿੰਦੀ ਹੈ। ਉਸ ਬੂਰ ਨੂੰ ਵਕਤ ਪਾ ਕੇ ਫੁੱਲ ਖਿੜਦੇ ਨੇ, ਫੁੱਲ ਹੌਲੀ ਹੌਲੀ ਆਪਣੇ ਇਮਦਾਦ ਤੱਕ, ਆਪਣੇ ਆਪਣੇ ਪੂਰੇ ਜਿਹੜਾ ਹੋਣ ਤੱਕ ਜਾਂਦੇ ਨੇ, ਅਤੇ ਫਿਰ ਉਹਨਾਂ ਟਾਹਣੀਆਂ ਵਿੱਚੋਂ ਜਿਨ੍ਹਾਂ ਵਿੱਚੋਂ ਕੱਲ੍ਹ ਤੱਕ ਪੱਤ ਪ੍ਰਗਟ ਹੁੰਦੇ ਸੀ, ਉਹ ਟਾਹਣੀਆਂ ਥੋੜ੍ਹਾ ਥੋੜ੍ਹਾ ਵੱਧਦੀਆਂ ਸੀਗੀਆਂ, ਅੱਜ ਇੱਕ ਨਵੀਂ ਚੀਜ਼ ਪ੍ਰਗਟ ਹੋ ਰਹੀ ਹੈ। ਉਹ ਕੀ ਹੈ? ਉਹ ਇੱਕ ਫਲ ਦੀ ਸ਼ੇਪ ਲੈ ਰਹੀ ਹੈ। ਸਾਰੇ ਬੂਟੇ ਦਾ ਰਸ ਉਸ ਫਲ ਦੇ ਵਿੱਚ ਢਲ ਕੇ ਆਮਦ ਲੈ ਰਿਹਾ ਹੈ। ਇਹ ਫਲ, ਇਹ ਰਸ ਹਮੇਸ਼ਾ ਹੀ ਇਸ ਬੂਟੇ 'ਚ ਮੌਜੂਦ ਸੀਗਾ, ਪਰ ਹੁਣ ਕਿਤੇ ਕੁਦਰਤ ਦੇ ਹੁਕਮ ਵਿੱਚ ਅੱਜ ਉਸ ਬਹਾਰ ਨੇ ਇਸ ਬੂਟੇ ਦੇ ਨਾਲ ਮਿਲ ਕੇ ਕੁਦਰਤ ਦੇ ਹੁਕਮ ਨੂੰ ਬਿਲਕੁਲ ਤਸਦੀਕ ਵਿੱਚ ਲਿਆਂਦਾ, ਹੋਂਦ ਵਿੱਚ ਲਿਆਂਦਾ ਹੈ, ਅਤੇ ਉਹ ਸਾਰਾ ਰਸ ਇੱਕ ਰੂਪ ਵਟਾ ਕੇ ਫਲ ਦੇ ਵਿੱਚ ਪ੍ਰਗਟ ਹੋ ਕੇ ਆ ਗਿਆ ਹੈ। ਦੈਟ ਇਜ਼ ਕਾਲਡ ਪ੍ਰਗਟ ਹੋਣਾ। ਸਤਿਗੁਰੂ ਨਾਨਕ ਪ੍ਰਗਟਿਆ, ਹਮੇਸ਼ਾ ਹੀ ਹਰ ਜੋਤ ਬਣ ਕੇ ਵਰਤਿਆ, ਸੰਸਾਰ ਇੱਥੇ ਵਰਤ ਰਿਹਾ ਹੈ। ਇੱਕ ਦਿਨ ਉਸ ਜੋਤ ਨੇ ਇੱਕ ਆਲਮੀ ਉਪਦੇਸ਼ ਦਾ ਰੂਪ ਵਟਾਇਆ, ਜੋ ਰੂਪ ਵਟਾ ਕੇ ਆਮਦ ਲੈ ਰਿਹਾ ਇਸ ਤਰੀਕੇ ਦੇ ਨਾਲ, ਅਤੇ ਉਹ ਆਮਦ ਲੈ ਕੇ ਸੰਸਾਰ ਕਲਿਆਣ ਹਿੱਤ ਇਸ ਧਰਤੀ ਦੇ ਉੱਤੇ ਆਮਦ ਲੈਂਦਾ ਇਸ ਰੂਪ ਵਿੱਚ। ਇੱਥੇ ਬਚਨ ਆ ਰਿਹਾ, ਪਟ ਸਾਹਿਬਾਨ ਸਾਨੂੰ ਐਗਜੈਕਟਲੀ ਉਹ ਚੀਜ਼ ਸਮਝਾ ਰਹੇ ਨੇ। ਗੁਰੂ ਚਿੱਤਰ ਵਿੱਚ ਨਹੀਂ ਲੱਭਿਆ ਜਾ ਸਕਦਾ, ਅਨਫੋਰਚੁਨੇਟ ਪਾਰਟ ਆ। ਸਾਨੂੰ ਜਿਹੜੀ ਸਟੈਚੂ ਵਰਸ਼ਿਪਿੰਗ ਕਹਿੰਦੇ ਹਾਂ ਅਸੀਂ, ਜਿਹੜੀ ਅਸੀਂ ਮੂਰਤੀ ਪੂਜਾ ਕਹਿੰਦੇ ਹਾਂ, ਇਹਦੇ ਰੂਪ ਥੋੜ੍ਹੇ ਬਦਲ ਗਏ। ਮੂਰਤੀ ਅਤੇ ਜਿਹੜੀ ਤਸਵੀਰ ਹੁੰਦੀ ਹੈ, ਕੋਈ ਪੇਪਰ ਦੀ ਤਸਵੀਰ, ਕੋਈ ਕੈਲੰਡਰ ਦੀ ਪਿਕਚਰ ਆ, ਉਸ ਰੂਪ ਦੇ ਵਿੱਚ ਇਹਦੇ 'ਚ ਕੋਈ ਬਹੁਤਾ ਫਰਕ ਨਹੀਂ ਹੁੰਦਾ। ਇੰਨਾ ਹੀ ਫਰਕ ਹੁੰਦਾ ਜਿਹੜੀ ਮੂਰਤੀ ਹੈ ਉਹਦੀ ਮੋਟਾਈ ਹੁੰਦੀ ਹੈ, ਜਿਹੜਾ ਪੇਪਰ 'ਤੇ ਕੋਈ ਚਿੱਤਰ ਬਣਾਇਆ ਆ ਉਹ ਹੈ ਉਵੇਂ ਦਾ ਹੀ, ਬਸ ਉਹਨਾਂ ਮੋਟਾ ਉਸ ਕਿਸਮ ਦਾ ਨਹੀਂ ਹੈਗਾ, ਆਕਾਰ ਨਹੀਂ ਹੈਗਾ, ਇੰਨਾ ਕੀ ਫਰਕ ਹੁੰਦਾ, ਹੈ ਉਹ ਵੀ ਮੂਰਤੀ। ਤਾਂ ਮੂਰਤੀ ਪੂਜਾ
ਉਹ ਕਿਸੇ ਨਾ ਕਿਸੇ ਰੂਪ ਦੇ ਸਾਡੇ ਘਰ ਫਿਰ ਦੁਬਾਰਾ ਵਾਪਸ ਆ ਗਈ ਹੈ। ਜੇ ਤੁਸੀਂ ਇਹਨੂੰ ਮੇਰੇ ਨਾਲ ਡਿਸਐਗਰੀ ਕਰਦੇ ਹੋਵੋ ਇਸ ਗੱਲ ਦੇ ਉੱਤੇ, ਅਤੇ ਜਦੋਂ ਕੋਈ ਗੁਰਪੁਰਬ ਆਉਂਦਾ ਆ ਉਦੋਂ ਜਿਹੜੇ ਮੈਸੇਜ ਸ਼ੇਅਰ ਕਰਦੇ ਹੋ ਵੇਖ ਲਿਓ, ਬੜੇ ਆਰਾਮ ਨਾਲ ਤੁਹਾਨੂੰ ਪਤਾ ਲੱਗ ਜਾਏਗਾ ਕੀ ਹੋ ਰਿਹਾ ਸਾਰਾ ਕੁਛ। ਹਾਲਾਂਕਿ ਤੁਹਾਡੇ ਸਾਹਮਣੇ ਸਵਈਆ ਇਹ ਕਹਿ ਰਿਹਾ ਹੈ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ। ਅਸੀਂ ਕਹਿੰਦੇ ਨਹੀਂ ਨਹੀਂ, ਆਹ ਮੂਰਤ ਆਹ ਸ਼ਕਲ ਆਹ ਸੂਰਤ ਇਸ ਕਿਸਮ ਦੀ ਬਾਤ ਲੈ ਕੇ ਆਉਣੀ ਹੈ। ਉਹ ਕਹਿ ਰਹੇ ਜੋਤ ਰੂਪ ਆ, ਪ੍ਰਕਾਸ਼ ਰੂਪ ਆ, ਸਾਡੇ ਕੋਲ ਸਾਖੀਆਂ ਪਈਆਂ ਨੇ। ਆ ਜਿਹੜਾ ਅਗਲੀ ਲਾਈਨ ਆ ਰਹੀ ਹੈ, ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਤਾਂਤੇ ਅੰਗਦ ਭਇਓ। ਸਾਖੀ ਇਹ ਆਉਂਦੀ ਗੁਰੂ ਨਾਨਕ ਮਹਾਰਾਜ ਆਪਣੇ ਪਹਿਲੇ ਜਾਮੇ ਦੀ ਉਮਰ ਬਿਲਕੁਲ ਉਸ ਪੱਧਰ 'ਤੇ ਉਸ ਜਗ੍ਹਾ 'ਤੇ ਆ ਗਏ, 1539 ਦੇ ਕਰੀਬ ਦੀ ਗੱਲ ਆਏ, ਜਦੋਂ ਮਹਾਰਾਜ ਨੂੰ ਅਹਿਸਾਸ ਹੋਇਆ ਕਿ ਹੁਣ ਇਹ ਤੱਤ ਤੱਤਾਂ 'ਚ ਵਲੀਨ ਵਾਪਸ ਹੋ ਜਾਣਗੇ। ਕਿਉਂਕਿ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਬਾਬਾ ਜੀ ਕਹਿੰਦੇ ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ। ਅਸੀਂ ਹੈਗੇ ਤਾਂ ਬੜੇ ਚਤੁਰ ਹਾਂ, ਸਾਰੇ ਬੜੇ ਚਲਾਕ ਹੈ, ਸਾਡੀ ਸਾਰਿਆਂ ਦੀ ਚਤੁਰਾਈ ਆਪੋ ਆਪਣੀ ਜਗ੍ਹਾ 'ਤੇ, ਮਤਲਬ ਪਾਣੀ ਨਹੀਂ ਭਰਦੀ ਦੂਜੇ ਦਾ। ਉਹ ਕਹਿੰਦਾ ਜਿੱਡਾ ਚਤੁਰ ਮੈਂ ਹਾਂ ਨਾ, ਮਤਲਬ ਮੇਰੀ ਤਾਂ ਗੱਲ ਹੀ ਛੱਡੋ, ਮੇਰੇ ਵਰਗਾ ਸਿਆਣਾ ਨਾ ਕੋਈ ਪੈਦਾ ਹੋਇਆ ਨਾ ਕੋਈ ਹੋਣਾ। ਇਹ ਚਤੁਰਾਈ ਤਾਂ ਹੀ ਅਸੀਂ ਜੀਵਨ 'ਚ ਜੀ ਰਹੇ ਇਸ ਢੰਗ ਦੇ ਨਾਲ, ਇਸ ਤਰੀਕੇ ਦੀ ਸਾਡੀ ਪ੍ਰਵਿਰਤੀ ਹੈ। ਇਹ ਸਾਡਾ ਇੱਕ ਆਪਣਾ ਸੈਲਫ ਪ੍ਰਾਈਡ ਅਸੀਂ ਲੈ ਕੇ ਤੁਰੇ ਫਿਰਦੇ ਹਾਂ, ਇਹੀ ਸਾਡੀ ਈਗੋ ਹੈ। ਇਹ ਈਗੋ ਬੂਸਟ ਹੁੰਦੀ ਹੈ, ਅਸੀਂ ਉਸੇ ਈਗੋ ਦੇ ਇੱਕ ਮਤਲਬ ਔਰੇ ਦੇ 'ਚ ਸਾਰੇ ਉਸ ਰੂਪ 'ਚ ਭੱਜੇ ਨੱਠੇ ਫਿਰਦੇ ਹਾਂ। ਕਿਆ ਉਹ ਚਤੁਰ, ਉਹ ਚਲਾਕ, ਉਹ ਆਪਣੇ ਆਪ ਨੂੰ ਬੜੇ ਕਜਾਕ ਅਤੇ ਬੜੇ ਕਲੈਵਰ ਸਮਝਣ ਵਾਲਿਆ, ਗੱਲ ਸੁਣ, ਪਾਂਚ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਇੱਕ ਦਿਨ ਐਸਾ ਆਉਣਾ ਜਹਿਨ 'ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਇਹ ਥੋੜ੍ਹੇ ਜਿਹੇ ਸਮੇਂ ਦੀ ਖੇਡ ਆ, ਕੁਦਰਤ ਨੇ ਵਰਤਾਈ ਹੈ। ਇੱਕ ਦਿਨ ਕੁਦਰਤ ਨੇ ਜਿਵੇਂ ਇਸ ਸਾਰੇ ਨੂੰ ਇਵੋਲਵ ਕੀਤਾ ਆ ਉਵੇਂ ਡਿਸਮੈਂਟਲ ਕਰ ਦੇਣਾ ਉਹਨੇ, ਅਤੇ ਤੈਨੂੰ ਆਈਡੀਆ ਵੀ ਨਹੀਂ ਹੋਣਾ ਵੀ ਡਿਸਮੈਂਟਲ ਹੋ ਚੱਲਾ ਆ। ਇਸੇ ਨੂੰ ਅਸੀਂ ਮੌਤ ਕਹਿ ਦਿੰਦੇ ਹਾਂ। ਜਦੋਂ ਮੌਤ ਦੀ ਵਿਆਖਿਆ ਬਾਣੀ 'ਚ ਪੜ੍ਹਦੇ ਹੋ ਨਾ, ਤਾਂ ਬਾਣੀ ਪਤਾ ਕਹਿੰਦੀ, ਬਾਣੀ ਕਹਿੰਦੀ ਹੈ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲਜਾਇਆ, ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ। ਅਸੀਂ ਗੁਜਰੇ ਜੀਆਂ ਲਈ ਬੜਾ ਰੋਂਦੇ ਹਾਂ, ਬਾਬਾ ਜੀ ਕਹਿੰਦੇ ਵੀ ਬੇ ਤਾਂ ਗਲਤ ਗੱਲ ਹੈ, ਰੋਣਾ ਤਾਂ ਨਹੀਂ ਚਾਹੀਦਾ, ਇਨਸਾਨ ਆ, ਆਖਿਰਕਾਰ ਰੁਦਨ ਨਿਕਲਦਾ, ਵੇਦਨ ਹੁੰਦੀ, ਪੀੜਾ ਹੁੰਦੀ। ਪਰ ਮਹਾਰਾਜ ਕਹਿੰਦੇ ਵੇਖ ਤਾਂ ਸਹੀ, ਰੋਹ ਕਾਹਦੇ ਲਈ ਰਿਹਾ ਆ? ਅਤੇ ਮੇਰੇ ਵਰਗਾ ਮਨੁੱਖ ਇਹ ਕਹੇਗਾ ਬਾਬਾ ਜੀ ਮਰ ਗਿਆ ਕੋਈ? ਬਾਬਾ ਜੀ ਕਹਿੰਦੇ ਅੱਛਾ ਮਰਿਆ ਕੀ, ਇਹ ਵੇਖਦੇ ਹਾਂ। ਚੱਲ ਫਿਰ ਅੱਜ ਮਰੇ ਦੀ ਵਿਆਖਿਆ ਕਰਦੇ ਹਾਂ, ਮਰੇ ਦਾ ਮਰਦਾ ਕੌਣ ਆ? ਬਚਨ ਆਇਆ ਪਵਨੈ ਮੈਂ ਪਵਨ ਸਮਾਇਆ ਜੋਤੀ ਮੈਂ ਜੋਤ ਰਲਜਾਇਆ, ਮਾਟੀ ਮਾਟੀ ਹੋਈ ਏਕ ਰੋਵਨ ਹਾਰੇ ਕੀ ਕਵਨ ਟੇਕ। ਕੌਣ ਮੂਆ ਰੇ, ਕੌਣ ਮੂਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਮਰਿਆ ਕੌਣ ਹੈ? ਆਓ ਵਿਚਾਰ ਤੇ ਕਰੀਏ। ਜਿਹਨੂੰ ਤੂੰ ਮਰਿਆ ਸਮਝਦਾ ਆ, ਮਰਿਆ ਤਾਂ ਕੁਛ ਵੀ ਨਹੀਂ, ਨਾ ਹਵਾ ਮਰੀ ਹੈ, ਨਾ ਪਾਣੀ ਮਰਿਆ ਆ, ਨਾ ਮਿੱਟੀ ਮਰੀ ਹੈ, ਨਾ ਅਗਨੀ ਮਰੀ ਹੈ, ਨਾ ਆਕਾਸ਼ ਤੱਤ ਮਰਿਆ, ਤੇ ਕੁਛ ਵੀ ਨਹੀਂ। ਇੱਕ ਰੂਪ ਵਟਾਇਆ ਸੀ ਉਹਨਾਂ ਤੱਤਾਂ ਨੇ, ਅੱਜ ਉਹ ਰੂਪ ਉਹਨਾਂ ਤੱਤਾਂ ਨੇ ਆਪਣਾ ਵਾਪਸ ਆਪਣੇ ਵਿੱਚ ਅਮਾ ਲਿਆ ਹੈ। ਇਸੇ ਚੀਜ਼ ਨੂੰ ਜਿਹੜੀ ਹੈ ਜੀਵਨ ਦੀ ਕਲਾ ਕਹਿੰਦੇ ਹਾਂ ਵਾਪਰ ਰਹੀ ਹੈ ਸਾਰੇ ਦੀ ਸਾਰੇ। ਖੈਰ ਗੁਰੂ ਨਾਨਕ ਮਹਾਰਾਜ ਉਸ ਸਮੇਂ ਦੀ ਆਮਦ ਦੇਖ ਰਹੇ ਨੇ ਕਿ ਇਹ ਤੱਤ ਤੱਤਾਂ 'ਚ ਵਿਲੇ ਹੋਣਗੇ ਵਾਪਸ। ਅਤੇ ਇੱਕ ਸਾਖੀ ਆਉਂਦੀ ਹੈ ਕਿ ਕਰਤਾਰਪੁਰ ਚੜ੍ਹਦੀ ਸਵੇਰ ਸੰਗਤ ਆ ਰਹੀ ਹੈ, ਅਤੇ ਸੰਗਤ ਆ ਰਹੀ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਪਾਉਣ ਵਾਸਤੇ, ਅਤੇ ਮੰਜੀ ਬੈਠ ਕੇ ਆ ਅਵਤਾਰਾ, ਬਾਬਾ ਜੀ ਨੇ ਕਹਿੰਦੇ ਮੰਜੇ 'ਤੇ ਬੈਠ ਕੇ ਸੰਸਾਰ ਦੇ ਕਲਿਆਣ ਹਿੱਤ ਮਤਲਬ ਆਸਣ ਬੈਠਦੇ ਨੇ ਉਹ, ਅਤੇ ਅੱਜ ਬਾਬਾ ਜੀ ਦਾ ਮੰਜਾ ਖਾਲੀ ਹੈ, ਸੰਗਤ ਬੈਠੀ ਹੈ ਸਫਾਂ 'ਤੇ, ਪਰ ਅੱਜ ਮੰਜੇ 'ਤੇ ਕੋਈ ਨਹੀਂ। ਤਾਂ ਹੀ ਤਾਂ ਜੋ ਬਾਹਰੋਂ ਹੁਣੇ ਰੀਸੈਂਟਲੀ ਇੱਕ ਸੰਗਤ ਦਾ ਇਕੱਠ ਆਇਆ ਹੈ, ਸੰਗਤ ਦਾ ਇੱਕ ਕਹਿ ਲਓ ਕਿ ਮਤਲਬ ਜਥਾ ਆਇਆ ਹੈ, ਅਤੇ ਉਸਨੇ ਆ ਕੇ ਕਿਹਾ ਵੀ ਅੱਖਾਂ ਨੂੰ ਵਿਸ਼ਵਾਸ ਤਾਂ ਨਹੀਂ ਸੀ ਹੁੰਦਾ, ਪਰ ਫਿਰ ਵੀ ਸੋਚਿਆ ਇੱਕ ਵਾਰੀ ਧਰਮਸਾਲ ਜਾ ਕੇ ਦੇਖ ਲੈਂਦੇ ਹਾਂ
ਜਿਸ ਰਾਹ ਆ ਰਹੇ ਸੀਗੇ ਉਸ ਰਾਹ ਦੇ ਉੱਤੇ ਐਗਜੈਕਟਲੀ ਗੁਰੂ ਨਾਨਕ ਮਹਾਰਾਜ ਵਰਗੀ ਹਸਤੀ, ਉਹਨਾਂ ਵਰਗਾ ਬਿਲਕੁਲ ਜਿਹੜਾ ਹੈਗਾ ਮੂੰਹ ਮੁਹਾਂਦਰਾ ਸਭ, ਪਰ ਪਾਏ ਹੋਏ ਸ਼ਿਕਾਰੀਆਂ ਵਾਲੇ ਪਾਟੇ ਕੱਪੜੇ ਸੀਗੇ ਅਤੇ ਹੱਥ ਵਿੱਚ ਛੁਰਾ ਫੜਿਆ ਸੀਗਾ, ਨਾਲ ਕੁਝ ਕੁੱਤੇ ਫੜੇ ਸੀਗੇ ਅਤੇ ਜੰਗਲ ਵੱਲ ਨੂੰ ਜਾ ਰਹੇ ਸੀਗੇ। ਅੱਖਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਵੀ ਗੁਰੂ ਨਾਨਕ ਸਾਹਿਬ ਇਸ ਭੀਲ ਦੇ ਸ਼ਿਕਾਰੀ ਦੇ ਰੂਪ ਦੇ ਵਿੱਚ ਇਹ ਕਿਵੇਂ ਬਾਤ ਬਣ ਗਈ। ਸੰਗਤ ਨੇ ਕਿਹਾ ਸੱਚੀ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਹਾਂ ਅਸੀਂ ਦੇਖਿਆ ਬਾਹਰ ਇਹ ਸਾਰੇ ਰੂਪ ਦੇ 'ਚ ਆ ਕੇ ਆਪਣੇ ਸਰੋਤ ਪਾਈ ਹੋਏਗੀ। ਅਤੇ ਉਹਨੇ ਧਾਨਕ ਦਾ ਰੂਪ ਬਣਾਇਆ ਸੀਗਾ ਮਹਾਰਾਜ, ਧਾਨਕ ਰੂਪ ਹਾਂ ਕਰਤਾਰ ਕਹਿੰਦੇ ਨੇ, ਧਾਨਕਾ ਕਹਿੰਦੇ ਸ਼ਬਦ ਵੀ ਉੱਥੇ ਉਚਰਿਤ ਹੋਇਆ ਇਹ ਸਾਰਾ। ਖੈਰ ਹੋਇਆ ਇਹ ਕਿ ਸੰਗਤ ਤੋਂ ਸੇਵਕ ਤੋਂ ਜਗ੍ਹਾ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ, ਬਾਬਾ ਜੀ ਕਿੱਥੇ ਨੇ, ਗਏ ਜਾ ਕੇ ਦੇਖਿਆ ਬਿਲਕੁਲ ਹੂ ਬਹੂ ਗੁਰੂ ਨਾਨਕ ਮਹਾਰਾਜ ਨੇ, ਆ ਰੂਪ ਕਿਹੋ ਜਿਹਾ ਵਟਾਇਆ ਹੈ। ਖੈਰ ਸੰਗਤ ਗੁਰੂ ਮਹਾਰਾਜ ਨੇ ਦੀਦਾਰ ਪਾਉਣ ਆਈ ਹੈ, ਮਹਾਰਾਜ ਨਾਲ ਸਾਂਝ ਪਾਉਣ ਆਈ ਹੈ, ਮਹਾਰਾਜ ਜੰਗਲ ਵੱਲ ਨੂੰ ਵੱਧ ਰਹੇ ਨੇ, ਸੰਗਤ ਪਿੱਛੇ ਪਿੱਛੇ ਜਾ ਰਹੀ ਹੈ। ਇੱਕ ਪੁਆਇੰਟ ਆਇਆ ਜਿੱਥੇ ਜਾ ਕੇ ਬਾਬਾ ਜੀ ਨੇ ਸੰਗਤ ਵੱਲ ਮੂੰਹ ਕੀਤਾ, ਕੁਝ ਬਚਨ ਕਹੇ। ਮੋਸਟਲੀ ਉਹ ਬਚਨ ਜਦੋਂ ਸੁਣੇ ਬਹੁਤੇ ਲੋਕ ਚਲੇ ਗਏ, ਸਾਰੇ ਚਲੇ ਗਏ ਆਲਮੋਸਟ। ਉਹਨਾਂ ਕਹਿੰਦਾ ਨਹੀਂ ਨਹੀਂ ਬਸ ਚਲੀਏ ਜੀ, ਬਸ ਅਸੀਂ ਨਹੀਂ ਵਾਪਸ, ਅਸੀਂ ਨਹੀਂ ਇੱਥੇ ਰਹਿਣਾ ਹੁਣ। ਖੈਰ ਉਸ ਤੋਂ ਬਾਅਦ ਥੋੜ੍ਹੇ ਪਿੱਛੇ ਹੋਰ ਤੁਰੇ, ਸਾਖੀ ਬੜੀ ਲੰਮੀ ਆ, ਮਹਾਰਾਜ ਨੇ ਕੁਝ ਕਹਿੰਦੇ ਮੋਹਰਾਂ ਸੱਟੀਆਂ, ਕੁਝ ਕੀਮਤੀ ਚੀਜ਼ਾਂ ਸੱਟੀਆਂ, ਉਹ ਲੈ ਕੇ ਸਾਰੇ ਚਲੇ ਗਏ। ਫਿਰ ਅਖੀਰ ਦੇ 'ਚ ਜਿਹੜੇ ਦੋ ਚਾਰ ਫਿਰ ਬੱਚੇ, ਫਿਰ ਮਹਾਰਾਜ ਨੇ ਕੋਈ ਡਰਾਇਆ ਛਿਸ਼ਕਾਰਿਆ, ਟਿੰਮਾਂ ਵਗਾਈਆਂ, ਫਿਰ ਉਹ ਚਲੇ ਗਏ। ਅਖੀਰ 'ਚ ਕਹਿੰਦੇ ਦੋ ਹੀ ਰਹਿ ਗਏ, ਭਾਈ ਲਹਿਣਾ ਜੀ ਅਤੇ ਬਾਬਾ ਬੁੱਢਾ ਜੀ। ਜਦੋਂ ਲਾਸਟ ਪੁਆਇੰਟ ਆਇਆ ਤਾਂ ਬਾਬਾ ਬੁੱਢਾ ਜੀ ਵੀ ਇੱਕ ਜਗ੍ਹਾ 'ਤੇ ਜਾ ਕੇ ਖੜ੍ਹ ਗਏ, ਸਿਰਫ ਭਾਈ ਲਹਿਣਾ ਜੀ ਹੀ ਮਗਰ ਗਏ। ਅਤੇ ਉੱਥੇ ਸਾਖੀ ਬੜੀ ਲੰਮੀ ਚੌੜੀ ਹੈ, ਬਸ ਇਤਨਾ ਕੀ ਬੇਨਤੀ ਕਰਾਂਗੇ, ਉਹ ਬਾਬਾ ਜੀ ਕਹਿਣ ਲੱਗੇ ਲਹਿਣਿਆ ਸਾਰੇ ਚਲੇ ਗਏ, ਤੂੰ ਨਹੀਂ ਗਿਆ। ਕਹਿਣ ਲੱਗੇ ਜੀ ਬਾਬਾ ਜੀ ਗੱਲ ਇੰਨੀ ਕੀ ਹੈ, ਜਿਹੜੇ ਗਏ ਨੇ ਉਸੇ ਦਾ ਉਹਨਾਂ ਦਾ ਕੋਈ ਹੋਰ ਟਿਕਾਣਾ ਹੋਏਗਾ, ਆਪਣਾ ਤਾਂ ਟਿਕਾਣਾ ਹੀ ਕੋਈ ਨਹੀਂ ਤੁਹਾਡੇ ਤੋਂ ਬਿਨਾਂ। ਸ਼ਬਦ ਵੀ ਕਹਿੰਦੇ ਜਿਹੜਾ ਪਹਿਲਾਂ ਉਚਰਿਤ ਕੀਤਾ ਨਾ ਗੁਰੂ ਮਹਾਰਾਜ ਨੇ ਗੁਰੂ ਅੰਗਦ ਗੁਰੂ ਸਾਹਿਬ ਦੇ ਰੂਪ ਦੇ ਵਿੱਚ ਕਿਹਾ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਹਿੱਕ ਤੂੰ, ਕਿਉਂ ਨਾ ਮਰੀਜ਼ ਰੋਏ ਜਾਨਕ ਚੇਤਨਾ ਆਵਹੀ। ਵੀ ਕਿਸੇ ਦਾ ਕੋਈ ਹੋਰ ਓਟ ਆਸਰਾ ਹੋਏਗਾ, ਆਪਣਾ ਤਾਂ ਕੋਈ ਓਟ ਆਸਰਾ ਨਹੀਂ ਹੈਗਾ, ਆਪਣੇ ਤਾਂ ਤੁਸੀਂ ਵੀ ਜੇ ਸਭ ਕੁਛ। ਬਾਬਾ ਜੀ ਕਹਿੰਦੇ ਚਲੋ ਠੀਕ ਹੈ ਲੈਣੇ ਆ, ਜੇ ਤੂੰ ਕਹਿੰਦਾ ਆ ਵੀ ਤੇਰਾ ਕੋਈ ਘਰ ਨਹੀਂ ਅਤੇ ਸੱਚ ਹੈ ਮੈਂ ਵੀ ਕੋਈ ਘਰ ਹੀ ਲੱਭ ਰਿਹਾ, ਅਤੇ ਚਲੋ ਫਿਰ ਆਪਾਂ ਤੇਰੇ ਘਰ 'ਚ ਰਹਿੰਦੇ ਹਾਂ। ਸੋ ਇੱਥੋਂ ਫਿਰ ਇਹ ਮਹਿਲ ਬਦਲਿਆ ਹੈ, ਮਹੱਲਾ ਬਦਲਿਆ ਹੈ। ਖੈਰ ਸਾਰੀ ਸਾਖੀ ਦਾ ਵਿਰਵਾ ਨਾ ਦੇ ਕੇ ਟੂਕ ਮਤੜੀ ਬੇਨਤੀ ਕਰਾਂ। ਨੈਕਸਟ ਡੇ ਆਇਆ, ਫਿਰ ਸੰਗਤ ਆਈ, ਕੁਝ ਜਿਹੜੇ ਕੱਲ੍ਹ ਵੇਖ ਕੇ ਗਏ ਸੀ ਯਕੀਨ ਨਹੀਂ ਹੋਇਆ, ਫਿਰ ਵਾਪਸ ਆਏ ਵੀ ਐਸਾ ਕੀ ਹੋ ਗਿਆ, ਦੇਖੀ ਅੱਜ ਕੀ ਬਣਿਆ ਹੈ। ਅਤੇ ਬਾਬਾ ਜੀ ਸੇਮ ਮੰਜੇ ਦੇ ਉੱਤੇ ਬੈਠੇ ਨੇ, ਸੰਗਤਾਂ ਲੱਗ ਰਹੀਆਂ ਨੇ, ਸਾਰਾ ਸੱਚ ਦਾ ਉਪਦੇਸ਼ ਵਰਤ ਰਿਹਾ ਹੈ। ਅਤੇ ਪਰ ਸੰਗਤ ਦੇ ਦਿਲ 'ਚ ਇੱਕ ਖਿਆਲ ਹੈ ਵੀ ਕੱਲ੍ਹ ਕੋਈ ਕੌਤਕ ਵਾਪਰਿਆ, ਕੱਲ੍ਹ ਕੋਈ ਬਾਬਾ ਜੀ ਨੇ ਸਿੱਖਿਆ ਦਿੱਤੀ ਹੈ ਜਿਹੜੀ ਸਾਡੀ ਪਕੜ 'ਚ ਨਹੀਂ ਆਈ, ਕੁਝ ਕੌਤ, ਕਿਉਂਕਿ ਬਾਬਾ ਜੀ ਕੌਤਕ ਰਚਦੇ ਸੀ ਐਵੇਂ ਦੇ। ਜਦੋਂ ਸਾਰੀ ਸੰਗਤ ਇਸ ਰੂਪ 'ਚ ਆ ਕੇ ਬੈਠ ਗਈ ਤਾਂ ਬਾਬਾ ਜੀ ਕਹਿਣ ਲੱਗੇ, ਖਾਸ ਕਰਕੇ ਸੰਗਤ ਨੂੰ ਸੰਬੋਧਨ ਕਰਕੇ, ਕਿ ਸੰਗਤ ਜੀ ਵੈਸੇ ਤਾਂ ਤੁਸੀਂ ਬੜਾ ਪਿਆਰ ਕਰਦੇ ਹੋ ਸਾਨੂੰ, ਬੜਾ ਸਨੇਹ ਕਰਦੇ ਹੋ, ਪਰ ਕੱਲ੍ਹ ਕੀ ਹੋਇਆ, ਬਜ਼ੁਰਗ ਸਰੀਰ ਹੈ ਮੇਰਾ, ਜੰਗਲ ਵੇਲੇ ਦੀ ਥਾਂ ਸੀਗੀ, ਮੈਨੂੰ ਇਕੱਲੇ ਨੂੰ ਛੱਡ ਕੇ ਸਾਰੇ ਤੁਰ ਗਏ, ਐਵੇਂ ਤਾਂ ਨਹੀਂ ਕਰਨਾ ਚਾਹੀਦਾ। ਜੇ ਪ੍ਰੀਤ ਕਰੋ ਤਾਂ ਪ੍ਰੀਤ ਤਾਂ ਨਿਭਾਉਣੀ ਚਾਹੀਦੀ ਹੈ, ਪ੍ਰੀਤ ਵਾਸਤੇ ਤਾਂ ਸਾਂਝ ਜਿਹੜੀ ਉਹ ਲਗਾਤਾਰ ਹੋਣੀ ਚਾਹੀਦੀ ਹੈ। ਕੁਝ ਮੋਹਤ ਬੇਰ ਸੱਜਣ ਖੜ੍ਹੇ ਹੋਏ, ਹੱਥ ਜੋੜ ਕੇ ਕਹਿੰਦੇ, ਪਾਤਸ਼ਾਹ ਕੌਤਕ ਦੀ ਸਮਝ ਨਹੀਂ ਲੱਗੀ। ਮਹਾਰਾਜ ਜੋ ਕੌਤਕ ਵਰਤਾਇਆ ਤੁਸੀਂ, ਉਹਨੂੰ ਤੁਸੀਂ ਹੀ ਵਿਆਖਿਆਓ, ਤੁਸੀਂ ਸਮਝਾਓ। ਬਾਬਾ ਜੀ ਕਹਿੰਦੇ, ਨਹੀਂ ਸੰਗਤ ਜੀ, ਤੁਸੀਂ ਇਹ ਦੱਸੋ ਹੋਇਆ ਕੀ ਸੀਗਾ, ਕੱਲ੍ਹ ਕਿਉਂ ਚਲੇ ਗਏ ਤੁਸੀਂ ਸਾਰੇ ਵਾਪਸ। ਅਤੇ ਕੁਝ ਸੱਜਣਾਂ ਨੇ ਆਵਾਜ਼ ਦੇ ਕੇ ਕਿਹਾ, ਬਾਬਾ ਜੀ ਅਸੀਂ ਤੁਹਾਡੇ ਕੋਲ ਵਾਹਿਗੁਰੂ ਦੇ ਬਚਨ ਸੁਣਨ ਲਈ ਆਉਂਦੇ ਹਾਂ, ਅਸੀਂ ਰੱਬ ਦੀ ਬਾਣੀ ਸੁਣਨ ਆਉਂਦੇ ਹਾਂ, ਅਸੀਂ ਰੱਬ ਦੇ ਉਪਦੇਸ਼ ਗ੍ਰਹਿਣ ਕਰਨ ਆਉਂਦੇ ਹਾਂ ਤੁਹਾਡੇ ਕੋਲ। ਕੱਲ੍ਹ ਜਦੋਂ ਤੁਸੀਂ ਮੁਖਾਰਬਿੰਦ ਖੋਲਿਆ, ਤੁਸੀਂ ਰੱਬ ਦੇ ਬਚਨ ਨਹੀਂ ਬੋਲੇ, ਤੁਸੀਂ ਸਾਨੂੰ ਉਹ ਬਚਨ ਨਹੀਂ ਸੁਣਾਇਆ ਜਿਹੜੇ ਸੁਣਨ ਵਾਸਤੇ ਆ ਰਹੇ ਸੀਗੇ ਅਸੀਂ, ਇਸ ਕਰਕੇ ਅਸੀਂ ਚਲੇ ਗਏ।
ਬਾਬਾ ਜੀ ਦੁਬਾਰਾ ਫਿਰ ਕਹਿੰਦੇ, ਬਾਬਾ ਜੀ ਕਹਿੰਦੇ ਦੁਹਰਾ ਕੇ ਦੁਬਾਰਾ ਕਿਹਾ ਜੇ ਜੋ ਪਹਿਲਾਂ ਕਿਹਾ, ਕਾਹਦੇ ਲਈ ਆਉਂਦੇ ਹੋ ਤੁਸੀਂ? ਕਹਿਣ ਲੱਗੇ ਜੀ ਅਸੀਂ ਰੱਬ ਦੇ ਬਚਨ ਸੁਣਨ ਵਾਸਤੇ, ਰੱਬੀ ਬਾਣੀ ਸੁਣਨ ਵਾਸਤੇ, ਉਹ ਗਿਆਨ ਪ੍ਰਾਪਤ ਕਰਨ ਵਾਸਤੇ, ਉਹ ਸੂਝ ਪ੍ਰਾਪਤ ਕਰਨ ਵਾਸਤੇ ਆਉਂਦੇ ਹਾਂ ਤੁਹਾਡੇ ਕੋਲ। ਬਾਬਾ ਜੀ ਕਹਿੰਦੇ ਬਸ ਇਹਨੂੰ ਪਕੜ ਲਿਓ ਜੇ ਕੱਸ ਕੇ। ਮੇਰਾ ਅਤੇ ਤੁਹਾਡਾ ਰਿਸ਼ਤਾ ਬਾਣੀ ਦਾ ਰਿਸ਼ਤਾ ਹੈ, ਉਪਦੇਸ਼ ਦਾ ਰਿਸ਼ਤਾ ਹੈ। ਇਹ ਬਾਣੀ ਦਾ ਰਿਸ਼ਤਾ ਤੁਹਾਡਾ ਅਤੇ ਮੇਰਾ ਰਹਿਣਾ ਹੈ। ਅੱਜ ਤੱਕ ਤੁਹਾਨੂੰ ਇਹ ਬਾਣੀ, ਤੁਹਾਨੂੰ ਇਹ ਉਪਦੇਸ਼ ਇਸ ਸਰੀਰ ਵਿੱਚੋਂ ਮਿਲ ਰਿਹਾ ਸੀਗਾ, ਤੁਸੀਂ ਇਹਦੇ ਨਾਲ ਸਾਂਝ ਪਾ ਰਹੇ ਸੀਗੇ। ਅੱਜ ਅਸੀਂ ਚੋਗਾ ਬਦਲ ਰਹੇ ਹਾਂ, ਅੱਜ ਤੋਂ ਬਾਅਦ ਇਹੀ ਬਾਣੀ, ਇਹੀ ਉਪਦੇਸ਼ ਭਾਈ ਲਹਿਣਾ ਜੀ ਦੀ ਬਾਂਹ ਫੜੀ ਅੱਗੇ ਕੀਤਾ, ਕਿਹਾ ਇਸ ਸਰੀਰ ਵਿੱਚ ਮਿਲੇ। ਇਹ ਹੈ ਜੋਤ ਊਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਕਾਇਆ ਪਲਟ ਗਈ ਹੈ। ਹੁਣ ਜੋਤ ਕਿਆ? ਆਹ ਸਰੀਰ ਜੋਤ ਕੈਰੀ ਕਰੇਗਾ, ਤੁਹਾਡਾ ਨਾਤਾ ਜੋਤ ਨਾਲ ਆ, ਸਰੀਰ ਨਾਲ ਨਹੀਂ। ਸਰੀਰ ਇਹ ਕੁਦਰਤ ਦੇ ਬਣੇ ਹੋਏ ਨਿਜ਼ਾਮ ਦੇ ਵਿੱਚ ਆਉਂਦਾ ਆ ਅਤੇ ਤੁਰ ਜਾਂਦਾ ਆ। ਬਚਨਿਆ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ, ਉਪਜਣ ਵਾਲੀ ਚੀਜ਼ ਬਿਨਸਨ ਦੇ ਪੱਧਰ 'ਤੇ ਜਾਂਦੀ ਹੈ, ਪਰ ਹਰ ਜੋਤ ਰੂਪ ਉਹ ਸਦਾ ਤੋਂ ਕਾਇਮ ਹੈ ਅਤੇ ਸਦਾ ਤੱਕ ਕਾਇਮ ਰਹੇਗਾ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੋ ਉਹ ਜੋਤ ਰੂਪ ਹੈ, ਉਹ ਪ੍ਰਕਾਸ਼ ਰੂਪ ਹੈ। ਸਾਡੀ ਸਾਂਝ ਜਦੋਂ ਅਸੀਂ ਗੁਰੂ ਇੰਸਟੀਟਿਊਸ਼ਨ ਦੀ ਗੱਲ ਕਰ ਰਹੇ ਹਾਂ, ਉਸ ਜੋਤ ਨਾਲ ਹੈ, ਉਸ ਪ੍ਰਕਾਸ਼ ਨਾਲ ਹੈ। ਇੱਥੇ ਬਚਨ ਆਇਆ ਪੱਟ ਸਾਹਿਬਾਨ ਕਹਿੰਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਉਸੇ ਨੇ ਹੀ ਆਪਣੇ ਆਪ ਨੂੰ ਗੁਰੂ ਨਾਨਕ ਕਹਾਉਣਾ ਸ਼ੁਰੂ ਕਰ ਦਿੱਤਾ। ਉਹ ਗੁਰੂ ਨਾਨਕ ਦੇ ਰੂਪ ਵਿੱਚ ਵਰਤਿਆ ਅਤੇ ਉਸ ਗੁਰੂ ਨਾਨਕ ਦੇ ਰੂਪ ਵਿੱਚ ਵਰਤਦਿਆਂ ਹੋਇਆਂ ਜਗਤ ਦਾ ਕਲਿਆਣ ਕੀਤਾ ਉਸਨੇ। ਉਸੇ ਗੁਰੂ ਨਾਨਕ ਦੇ ਚਲਾਏ ਹੋਏ ਗੁਰੂ ਇੰਸਟੀਟਿਊਸ਼ਨ ਦੇ ਵਿੱਚ ਅਗਲਾ ਜਾਮਾ ਆ ਰਿਹਾ, ਤਾਂ ਤੇ ਅੰਗਦ ਭਇਓ, ਕਿਉਂ? ਤੱਤ ਸਿਉਂ ਤੱਤ ਮਿਲਾਇਓ, ਤੱਤ ਸਿਉਂ ਤੱਤ ਸਜਾਤ ਹੋ ਜਾਣਾ, ਇੱਕ ਰੂਪ ਹੋ ਜਾਣਾ। ਜਿਹੜੀ ਇੱਕ ਰੂਪਤਾ ਹੈ, ਇਹ ਕਰਤਾਰੀ ਕੁਦਰਤ ਦਾ ਨਿਯਮ ਆ। ਇੱਥੇ ਸਜਾਤ ਮੇਲ ਹੁੰਦਾ, ਬੇਜਾਤ ਮੇਲ ਨਹੀਂ ਹੁੰਦੇ ਕਦੀ ਵੀ, ਇਹ ਚੇਤੇ ਰੱਖਿਆ ਜੇ। ਜਿਵੇਂ ਸਪੋਜ਼ ਕਰੋ ਤੁਹਾਡੇ ਕੋਲ ਦੋ ਬਰਤਨ ਦਿਆਂ, ਦੋ ਬਰਤਨਾਂ ਵਿੱਚ ਪਾਣੀ ਹੈ, ਇੱਕ ਜੱਗ ਹੈ, ਇੱਕ ਗਲਾਸ ਹੈ, ਅਤੇ ਕੋਈ ਕਹਿੰਦਾ ਅੱਛਾ ਆਹ ਗਲਾਸ ਵਾਲਾ ਪਾਣੀ ਨਾ ਜੱਗ 'ਚ ਵਾਪਸ ਪਾ ਦੇ, ਅਤੇ ਦੂਸਰਾ ਸੁਣ ਕੇ ਭੱਜ ਗਿਆ, ਕਹਿੰਦਾ ਨਾ 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 ਇਹ ਨਾ ਕਰੀ, ਕਿਉਂ? ਹੋ ਸਕਦਾ ਪਾਣੀ ਬਿਲਕੁਲ ਦੇਖਣ 'ਚ ਕੁਝ ਲੱਗਦਾ ਠੀਕ ਹੈ, ਸਭ ਪਾਣੀ ਹੈ, ਉਹ ਕਹਿੰਦੇ ਨਹੀਂ ਨਹੀਂ ਆ ਗਲਾਸ ਵਾਲਾ ਪਾਣੀ ਜੂਠਾ ਆ, ਇਹ ਨੀਵਾਂ ਹੋ ਗਿਆ ਆ, ਇਹ ਦੁਬਾਰਾ ਐਬਿਲਿਟੀ ਨਹੀਂ ਰੱਖਦਾ ਕਿ ਇਹ ਵਾਪਸ ਆਪਣੇ ਸਾਰ ਤੱਤ 'ਚ ਜਾਵੇ। ਅਤੇ ਜੇ ਕਿਤੇ ਗਲਾਸ ਵਾਲਾ ਪਾਣੀ ਰੰਗ ਬਦਲ ਜਾਏ, ਗੰਦਗੀ ਆ ਜਾਏ, ਫਿਰ ਤਾਂ ਮਤਲਬ ਹੀ ਨਹੀਂ ਹੋ ਸਕਦਾ। ਜੇ ਕਿਤੇ ਥੋੜ੍ਹਾ ਜਿਹਾ ਉਹਦਾ ਰੂਪ ਰੰਗ ਵੱਖਰਾ ਹੋਏ ਅਤੇ ਕੋਈ ਚੱਕ ਕੇ ਵਾਪਸ ਪਾਉਣ ਲੱਗੇ ਜੱਗ ਦੇ ਵਿੱਚ, ਦੂਸਰਾ ਬੰਦਾ ਬਾਂਹ ਫੜ ਗਿਆ, ਕਮਲਾ ਹੋਇਆ, ਆਹ ਸਾਰਾ ਪਾਣੀ ਖਰਾਬ ਹੋ ਜਾਏਗਾ, ਦੇਖ ਤੇ ਸਹੀ। ਤੱਤ ਨਾਲ ਤੱਤ ਮਿਲਦਾ ਆ, ਜਿਹੜੀ ਜੀਵਨ ਦੀ ਇਹ ਡਿਵਾਈਨ ਐਬਿਲਿਟੀ ਹੈ। ਇਸ ਤਰ੍ਹਾਂ ਜਾਣੋ, ਇਹ ਮਾਇਆ ਕੁਦਰਤ ਦੇ ਬਣਾਏ ਹੋਏ ਹੁਕਮ ਵਿੱਚ ਕਾਦਰ ਨੇ ਇੱਕ ਖੇਡ ਵਰਤਾਈ ਹੈ। ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਬਿਆਨ ਕਰਦੇ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਅਤੇ ਹੋਇਆ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਮਾਇਆ ਅਮਰ ਵਰਤਾਇਆ, ਮਾਇਆ ਨੇ ਹੁਕਮ ਕੀਤਾ, ਮਾਇਆ ਸਿਰ 'ਤੇ ਸਵਾਰ ਹੋ ਗਈ। ਇਲਿਊਜ਼ਨ, ਇਸ ਧਰਤੀ ਤੋਂ ਕੋਈ ਪੰਡਾ ਬੰਨ ਕੇ ਕੁਛ ਨਾਲ ਲੈ ਕੇ ਨਹੀਂ ਗਿਆ, ਕੋਈ ਪੰਡਾ ਬੰਨ ਕੇ ਧਰਤੀ 'ਤੇ ਵਾਪਸ ਲੈ ਕੇ ਨਹੀਂ ਆਇਆ। ਇੱਥੋਂ ਇਹ ਸਾਰੇ ਰਿਸ਼ਤੇ ਨਾਤੇ ਸੰਬੰਧ ਕੁਦਰਤ ਦੇ ਬਣੇ ਹੁਕਮ ਦੇ ਵਿੱਚ, ਧਰਤੀ ਦੀ ਇਸ ਮਿੱਟੀ ਦੀ ਫਿਜ਼ਾਨ ਦੇ ਵਿੱਚ ਬਣਦੇ ਨੇ, ਇੱਥੇ ਹੀ ਸਮਾ ਜਾਂਦੇ ਨੇ। ਇਹ ਸਾਡੀ ਤੁਹਾਡੀ, ਇਹ ਸਾਰਾ ਭੁਲੇਖਾ ਹੀ ਐਕਚੁਅਲੀ, ਡੀਪ ਲੈਵਲ ਦੀ ਇਲਿਊਜ਼ਨ ਹੈ ਸਾਰਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਕੀ ਮੇਰਾ ਅਤੇ ਕੀ ਤੇਰਾ, ਝਗੜੇ ਕਾਹਦੇ ਨੇ, ਲੜਾਈ ਕਾਹਦੀ ਹੈ, ਮੁਫਾਦੀਅਤ ਕਾਹਦੀ ਹੈ, ਸਾਰੀ ਇਹ ਸਾਰਾ ਮਾਇਆ ਹੈ, ਇਲਿਊਜ਼ਨ ਹੈ। ਪਰ ਇਤਨਾ ਜ਼ਬਰਦਸਤ ਆ, ਬੰਦੇ ਨੂੰ ਸਮਝ ਆ ਕੇ ਵੀ ਸਮਝ ਨਹੀਂ ਆਉਂਦਾ। ਜੇ ਆ ਜਾਏ ਤਾਂ ਜੋ ਕੁਝ ਆ ਹੋ ਰਿਹਾ ਹੈ, ਜਿਸ ਕਿਸਮ ਦੀ ਕਤਲੋ ਗਾਰਤ ਅਤੇ ਮਾਰ ਧਾੜ ਸਾਰੀ, ਕਿਵੇਂ ਇਹ ਤਾਂ ਇੱਕ ਪਲ 'ਚ ਮੁੱਕ ਜਾਏਗੀ ਸਾਰੀ।
ਪਰ ਇਹ ਮਾਇਆ ਦਾ ਇਲਿਊਜਨ ਟੁੱਟਦਾ ਨਹੀਂ ਗਾ। ਸਭ ਪਰਦੇ ਦੇ ਉੱਤੇ ਚੜਿਆ ਆ, ਭਰਾ ਭਰਾ ਨੂੰ ਕਹਿੰਦਾ ਵੀ ਕਤਲ ਕਰ ਦਿਆਂਗਾ, ਕਿਉਂ? ਕਿਉਂਕਿ ਮੇਰੀ ਜ਼ਮੀਨ 'ਤੇ ਤੂੰ ਕਬਜ਼ਾ ਕੀਤਾ, ਮੇਰੇ ਮਕਾਨ 'ਤੇ ਕਬਜ਼ਾ ਕੀਤਾ, ਮੇਰੇ ਤੋਂ ਮਤਲਬ ਬਾਪ ਬੇਟਾ ਮਾਂ ਧੀ, ਤੁਸੀਂ ਦੇਖੋ ਇਹ ਇਲਿਊਜਨ ਆ। ਇਹ ਸਾਰੇ ਇਲਿਊਜਨ ਵਿੱਚ ਜੀਣ ਵਾਲਾ ਬੰਦਾ ਉਹ ਡਿਵਾਈਨ ਨੂੰ ਕਿਵੇਂ ਵੇਖੇ? ਡਿਵਾਈਨ ਆ ਬਿਲਕੁਲ ਆਪਣੇ ਆਪ ਨੂੰ ਪਵਿੱਤਰਤਾ ਦੇ ਲੈਵਲ 'ਤੇ ਲੈ ਆਉਣਾ। ਇਸ ਤਰ੍ਹਾਂ ਜਾਣੋ, ਮਨ ਜਿੰਨਾ ਸੰਸਾਰ ਦੀ ਪਕੜ ਕਰਦਾ ਆ, ਸੰਸਾਰ ਓਨਾ ਇਹਦੇ 'ਤੇ ਭਾਰੂ ਪੈਂਦਾ ਅਤੇ ਓਨਾ ਇਹ ਦੁਖੀ ਹੁੰਦਾ। ਜਿੰਨਾ ਇਹ ਪਕੜ ਤੋਂ ਆਪਣੇ ਆਪ ਨੂੰ ਥੋੜ੍ਹਾ ਆਜ਼ਾਦ ਕਰਦਾ ਆ। ਅਬ ਗੁਰੂ ਕੇ ਹਜ਼ੂਰ ਬੈਠੇ ਹੋ ਨਾ, ਇਟਸ ਅ ਟਾਈਮ ਆਫ ਆਵਰ ਐਕਚੁਲੀ ਲਿਟਲ ਬਿਟ, ਜਿਹੜੀ ਸਾਡੇ ਮੂਵ ਹੋਏ, ਸਾਡਾ ਜਿਹੜੀ ਸੁਰਤ ਆ, ਅਸੀਂ ਕੁਝ ਪਲਾਂ ਲਈ ਇਹੋ ਜਿਹੇ ਫਲੋ ਵਿੱਚ ਜਾਈਏ, ਸਭ ਕੁਝ ਭੁੱਲ ਕੇ ਬਸ ਗੁਰੂ ਦੇ ਆਗੋਸ਼ 'ਚ ਆ ਜਾਈਏ। ਇਹ ਸਾਨੂੰ ਸੁੱਖ ਦਏਗਾ, ਇਹ ਸ਼ਾਂਤੀ ਦਏਗਾ। ਜਦੋਂ ਬੰਦਾ ਇਸ ਹਜ਼ੂਰੀ 'ਚ ਬੈਠ ਕੇ ਵੀ ਉਹ ਮੂਵ ਨਹੀਂ ਕਰਦਾ, ਫਿਰ ਉਹਨੂੰ ਲੱਗਦਾ ਕੋਈ ਫਾਇਦਾ ਨਹੀਂ ਆਇਆ। ਇਹ ਮਨ ਸ਼ਾਂਤੀ ਲੱਭਦਾ, ਸੁੱਖ ਲੱਭਦਾ, ਸਕੂਨ ਲੱਭਦਾ, ਇੱਕ ਆਪਣੇ ਆਪੇ ਦੇ ਅੰਦਰ ਕਹਿ ਲਓ ਕਿ ਆਪਣਾ ਆਰਾਮ ਲੱਭਦਾ। ਪਰ ਆਰਾਮ ਮਿਲੇ ਤਾਂ ਮਿਲੇ ਕਿੱਥੇ? ਕੈਸੀ ਜਗ੍ਹਾ ਜਿੱਥੇ ਇੱਕ ਫਲੋ ਜਨਰੇਟ ਹੋਵੇ, ਅਤੇ ਉਹ ਫਲੋ ਦੇ ਵਿੱਚ ਇਹ ਸੁਰਤ ਬਿਲਕੁਲ ਇਕਾਗਰ ਚਿੱਤ ਆ ਜਾਏ। ਜਿੱਥੇ ਕਿਤੇ ਇਹ ਸੁਰਤ ਬਿਲਕੁਲ ਟਿਕ ਜਾਏ, ਉਸੇ ਰੂਪ ਦੇ 'ਚ, ਉਸ ਡਿਵਾਈਨ ਦੇ ਰੂਪ ਦੇ 'ਚ, ਉਹ ਗੁਰ ਰੂਪ ਹੋ ਗਿਆ, ਉਹ ਗੁਰੂ ਦਾ ਹੀ ਰੂਪ ਹੋ ਗਿਆ, ਉਹ ਗੁਰੂ ਵਿੱਚ ਆ ਗਿਆ, ਉਹ ਬਿਲਕੁਲ ਉਸ ਤਰੀਕੇ ਦੇ ਨਾਲ। ਇਸ ਬੱਚੇ ਨੂੰ ਪਕੜਿਓ ਪਲੀਜ਼। ਉਸ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਬਿਲਕੁਲ ਚਲਾ ਗਿਆ। ਸੋ ਇਹ ਤੱਤ ਸਿਓ ਤੱਤ ਮਿਲਾਇਓ ਗੁਰੂ ਤੱਤ ਦੇ ਵਿੱਚ। ਭਾਈ ਲਹਿਣਾ ਜੀ ਉਸ ਲੈਵਲ 'ਤੇ ਆ ਗਏ, ਬਿਲਕੁਲ ਉਹਦਾ ਰੂਪ ਹੋ ਗਏ, ਸਮਰੂਪ ਹੋ ਗਏ। ਇੱਥੇ ਬਚਨ ਆਇਆ ਕਿਆ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ। ਅੰਗਦ ਭਇਓ, ਜਿਹੜੀ ਚੀਜ਼ ਅੰਗ ਰੂਪ ਹੋ ਜਾਏ, ਉਹਦੇ ਨਾਲ ਅਮਾ ਕੇ ਅੰਗ ਹੋ ਜਾਏ। ਵੈਸੇ ਕਮਾਲ ਇਹ ਹੈ, ਆਪ ਦੇਖੋਗੇ ਨਾ, ਜੋ ਕੁਝ ਕੁਦਰਤ ਇੱਕ ਵਾਰੀ ਬਿਲਟ ਇਨ ਕਰਕੇ ਦੇ ਦਿੰਦੀ ਹੈ, ਉਹ ਮਤਲਬ ਉਸ ਵੂਮ ਦੇ ਵਿੱਚ, ਮਾਂ ਦੀ ਝਿੱਲੀ ਵਿੱਚ ਹੀ ਉੱਗਦਾ ਬਣਦਾ ਸਭ ਚੀਜ਼। ਬਾਹਰ ਵੱਧਦਾ ਜ਼ਰੂਰ ਹੈ ਪਰ ਉੱਗਦਾ ਨਹੀਂ। ਇਹ ਨਹੀਂ ਗਾ ਕਿ ਤੁਹਾਨੂੰ ਮਤਲਬ ਕੁਝ ਅੰਗ ਐਸੇ ਸੀਗੇ ਜਿਹੜੇ ਤੁਸੀਂ ਜਨਮ ਹੋ ਗਿਆ ਉਸ ਤੋਂ ਬਾਅਦ ਉੱਗਣ ਗਏ ਆ ਕੇ ਨਾ। ਜੋ ਕੁਝ ਉੱਗ ਗਿਆ ਵੱਡਾ ਹੀ ਹੋਏਗਾ, ਉਸ ਤੋਂ ਬਾਅਦ ਉਸਨੇ ਉਸ ਰੂਪ ਵਿੱਚ ਨਹੀਂ ਹੋਣਾ। ਅੰਗਦ ਅੰਗ ਬਣਨਾ, ਇੱਥੇ ਤਾਂ ਹਾਲਤ ਇਹ ਹੈ ਕਿ ਸਪੋਜ਼ ਅਸੀਂ ਮਤਲਬ ਜਿਹੜੇ ਹਮਸ਼ੀਰ ਹੁੰਦੇ ਹਾਂ, ਇੱਕ ਮਾਂ ਦੀ ਕੁੱਖ ਤੋਂ ਪੈਦਾ ਹੁੰਦੇ ਹਾਂ, ਇੱਕ ਜੈਨੈਟਿਕ ਮੇਕਅਪ ਨਾਲ ਆਉਂਦੇ ਹਾਂ, ਸਾਡੀਆਂ ਸਾਂਝਾਂ ਦੁਨੀਆ ਦੀਆਂ ਦੂਜੀਆਂ ਸਾਂਝਾਂ ਨਾਲੋਂ ਡਾਢੀਆਂ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਸਾਡੇ ਅੰਦਰ ਇੱਕ ਖੂਨ ਦੀ ਕਸ਼ਿਸ਼ ਹੁੰਦੀ ਹੈ। ਪਰ ਇਸ ਤਰ੍ਹਾਂ ਜਾਣੋ, ਜੇ ਵਿਚਾਰਾਂ ਦੀ ਕਸ਼ਿਸ਼ ਨਹੀਂ ਨਾ ਹੈ, ਵਿਚਾਰਾਂ ਦੀ ਸਾਂਝ ਨਹੀਂ ਹੈ, ਖੂਨ ਦੀ ਸਾਂਝ ਵੀ ਨਹੀਂ ਰਹਿੰਦੀ, ਟੁੱਟ ਜਾਂਦੀ ਹੈ। ਇੱਥੇ ਖੂਨ ਦੇ ਰਿਸ਼ਤਿਆਂ 'ਚ ਪੂਰੇ ਪੂਰੇ ਐਪਿਕਸ ਪੜ੍ਹ ਕੇ ਦੇਖੋ, ਤੁਸੀਂ ਮਹਾਭਾਰਤ ਪੜ੍ਹੋ, ਦੇਖੋ ਕੀ ਹਾਲਤ ਹੈ। ਆਪਾਂ ਬੀਤੇ 'ਚ ਪਾਂਡੂ ਦੀ ਗੱਲ ਕਰ ਰਹੇ ਸੀ, ਪਾਂਡੂ ਅਤੇ ਧ੍ਰਿਤਰਾਸ਼ਟਰ, ਇਸ ਤਰੀਕੇ ਦੇ ਨਾਲ ਸਾਰਾ। ਇੱਥੇ ਤੁਸੀਂ ਗ੍ਰੀਕ ਐਪਿਕਸ ਪੜ੍ਹੋ, ਤੁਸੀਂ ਤੁਹਾਨੂੰ ਪਤਾ ਲੱਗੇਗਾ ਵੀ ਹਾਲਤ ਕੀ ਬਣੀ ਪਈ ਹੈ। ਵਿਚਾਰਾਂ ਦਾ ਅਮਾਉਣਾ ਹੀ ਅਸਲ ਵਿੱਚ ਅਸਲ ਅਮਾਉਣਾ ਹੈ। ਅਤੇ ਗੁਰੂ ਬਾਬਾ ਜੀ ਨੇ ਇੱਕ ਜਿਹੜੀ ਅਸਲ ਯੂਨੀਕ ਅਤੇ ਯੂਨੀਵਰਸਲ ਧਾਰਾ ਸੀਗੀ ਉਹਦੇ ਨਾਲ ਜੋੜਿਆ। ਗੁਰੂ ਬਾਬਾ ਜੀ ਦੇ ਆਪਣਾ ਰੂਪ, ਉਹਨਾਂ ਦਾ ਅੰਗ ਉੱਗਿਆ ਲਹਿਣੇ ਦੇ ਰੂਪ ਵਿੱਚ, ਅੰਗਦ ਬਣ ਕੇ। ਇਹ ਨਾਮ ਹੀ ਆਪਣੇ ਆਪ ਯੂਨੀਕ ਆ, ਮੇਰਾ ਅੰਗ ਹੈ, ਇਹ ਮੇਰੇ ਵਿੱਚੋਂ ਉੱਗਿਆ ਹੈ, ਇਹ ਮੇਰਾ ਰੂਪ ਆ। ਇਹ ਪਾਰਸ ਕਲਾ ਵਾਪਰੀ ਸ਼ਬਦ ਅੱਗੇ ਜਾ ਕੇ ਮੁੱਕਣਾ ਵੀ ਇਹਦੇ 'ਤੇ ਹੈ। ਖੈਰ, ਤਾਂ ਤੇ ਅੰਗਦ ਭਇਓ ਤੱਤ ਸਿਓ ਤੱਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰਕੀਓ। ਅਮਰ ਅਮਰ ਗੁਰੂ ਅਮਰਦਾਸ ਸਾਹਿਬ ਦਾ ਨਾਮ ਵੀ ਹੈ, ਪਰ ਅਮਰ ਹੁਕਮ ਨੂੰ ਵੀ ਕਹਿੰਦੇ ਹਾਂ। ਜਿਵੇਂ ਆਪਾਂ ਮਾਇਆ ਅਮਰ ਵਰਤਾਇਆ ਦੀ ਗੱਲ ਕਰ ਸੀ, ਹੁਕਮ ਅਸੰਖ ਅਮਰ ਕਰ ਜਾਹੇ ਜੋਰ, ਜਪਦੀ ਸਾਹਿਬ 'ਚ ਪੜ੍ਹਦੇ ਹਾਂ, ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮਖੋਰ, ਉਹਦੇ 'ਚ ਅਮਰ ਹੁਕਮ।
ਗੁਰੂ ਅੰਗਦ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਉਹ ਉਹਨਾਂ ਦੇ ਸਕਸੈਸਰ ਹੈਗੇ ਨੇ, ਉਸ ਹੁਕਮ ਨੂੰ ਲੈ ਕੇ ਚੱਲਦੇ ਨੇ, ਅਤੇ ਉਹਨਾਂ ਦੇ ਹੁਕਮ ਦਾ ਅਸਲ ਵਿੱਚ ਪਾਲਕ ਕੌਣ ਹੁੰਦਾ ਹੈ? ਗੁਰੂ ਅਮਰਦਾਸ। ਜਦੋਂ ਉਸ ਹੁਕਮ ਨੂੰ ਪਾਲਦਾ ਆ, ਸਿੱਖੀ ਆਸ਼ੇ ਦੇ ਅੰਦਰ ਗੁਰੂ ਹੁਕਮ ਦੇ ਰੂਪ ਵਿੱਚ ਵਰਤਦਾ ਆ। ਆਪਾਂ ਗੁਰੂ ਹਜ਼ੂਰੀ ਆਉਂਦੇ ਹਾਂ, ਚੜ੍ਹਦੀ ਸਵੇਰ ਤੁਸੀਂ ਆਏ, ਮੱਥਾ ਟੇਕਿਆ, ਮਹਾਰਾਜ ਦਾ ਸਰੂਪ ਪ੍ਰਕਾਸ਼ਿਤ ਹੋਇਆ, ਅਤੇ ਜਿਹੜਾ ਪਹਿਲਾ ਬਚਨ ਆਪਨੇ ਸਰੋਤ ਕੀਤਾ ਪ੍ਰਕਾਸ਼ ਹੋਣ ਤੋਂ ਬਾਅਦ, ਉਹ ਕੀ ਹੈ? ਹੁਕਮਨਾਮਾ। ਹੁਕਮ ਗੁਰੂ ਕਾ ਹੁਕਮ ਹੁੰਦਾ ਆ। ਜਿਹੜਾ ਸ਼ਖਸ ਗੁਰੂ ਕੇ ਬਚਨ ਨੂੰ ਹੁਕਮ ਦੇ ਤੌਰ 'ਤੇ ਤਸੱਵਰ ਕਰ ਲਏ, ਉਹ ਗੁਰੂ ਕਾ ਧਾਰਨੀ ਹੋ ਜਾਂਦਾ। ਅਤੇ ਜਿਹਦੇ ਵਾਸਤੇ ਗੁਰੂ ਕਾ ਬਚਨ ਹੁਕਮ ਨਹੀਂ, ਇੱਥੇ ਇਹੀ ਰਿਲੇਸ਼ਨਸ਼ਿਪ ਆ। ਸਰਲ ਕਰਕੇ ਬਿਆਨ ਕਰ ਲਈਏ, ਅਸੀਂ ਨਾ ਜਿਸ ਦੁਨੀਆ 'ਚ ਅੱਜ ਜੀ ਰਹੇ ਹਾਂ, ਕਈ ਵਾਰੀ ਮੈਂ ਪੇਰੈਂਟਸ ਨੂੰ ਕਹਿੰਦਾ ਵਾਂ, ਪੇਰੈਂਟਿੰਗ ਵਿੱਚ ਉਸ ਜੋ ਬਾਤ ਕਰਾਂ, ਕਿਉਂਕਿ ਤੁਹਾਡਾ ਕਾਊਂਸਲਰ ਮੇਰੇ ਅੰਦਰ ਬੈਠਾ ਹੁੰਦਾ ਹੈ। ਈ ਨੈਵਰ ਐਚਲੀ ਸਟੋਪ ਸੇਇੰਗ ਥਿੰਗਸ, ਈ ਆਲਵੇਸ ਟਰਾਈ ਟੂ ਸੇ ਸਮਥਿੰਗ ਅਬਾਊਟ ਦੈਟ ਕਾਇੰਡ ਆਫ ਯੂ ਕੈਨ ਸੇ ਮੈਸੇਜਸ। ਉਹ 'ਚ ਗੱਲ ਹੁੰਦੀ ਹੈ ਕਿ ਲੋਕ ਕਹਿੰਦੇ ਕਿ ਬੀ ਫਰੈਂਡ ਵਿਦ ਯੂਰ ਕਿਡਸ, ਮਾਪਿਆਂ ਨੂੰ ਕਹਿੰਦੇ ਨੇ, ਐਂਡ ਦੈਟ ਇਜ਼ ਰੋਂਗ। ਦੇਖੋ, ਮਾਪੇ ਅਥੋਰਿਟੀ ਹੁੰਦੇ ਨੇ, ਫਰੈਂਡ ਨਹੀਂ ਹੁੰਦੇ। ਫਰੈਂਡ ਤੁਹਾਨੂੰ ਹਜ਼ਾਰ ਮਿਲ ਜਾਣਗੇ, ਜਿਹੜੇ ਮਾਪੇ ਨੇ ਉਹ ਨਹੀਂ ਮਿਲਣਗੇ। ਹਾਂ, ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਤੁਸੀਂ ਫਰੈਂਡਲੀ ਮੈਨਰਸ ਵਿੱਚ ਰੱਖ ਸਕਦੇ ਹੋ, ਇੱਕ ਦੋਸਤਾਨਾ ਰੂਪ ਦੇ ਵਿੱਚ, ਇੱਕ ਹਾਰਮੋਨੀ ਦੇ ਪੱਧਰ 'ਤੇ ਤੁਸੀਂ ਰਿਲੇਸ਼ਨਸ਼ਿਪ ਜਾਂ ਇਨਵਾਇਰਮੈਂਟ ਬਿਲਡ ਕਰ ਲਓ, ਬਟ ਡੂ ਨੋਟ ਬੀ ਐਚਲੀ ਫਰੈਂਡ ਆਫ ਯੂਰ ਕਿਡਸ। ਨੋ, ਫਰੈਂਡਸ ਤਾਂ ਬਹੁਤ ਨੇ, ਬੱਚੇ ਨੂੰ ਇੱਕ ਦਿਨ ਅਥੋਰਿਟੀ ਦੀ ਲੋੜ ਪੈਂਦੀ ਹੈ। ਅਥੋਰਿਟੀ ਕਿੱਥੋਂ ਆਏਗੀ? ਸਾਡਾ ਜਿਹੜਾ ਇਹ ਜੀਵਨ ਦੀ ਐਨਰਜੀ ਹੈ, ਮਨ ਆ, ਇਹਨੂੰ ਹੁਕਮ ਚਾਹੀਦਾ। ਹੁਕਮ ਕੌਣ ਦਏਗਾ ਇਸਨੂੰ? ਅਥੋਰਿਟੀ ਕਿੱਥੋਂ? ਜਿਹੜੀ ਸੁਪੀਰੀਅਰ ਅਥੋਰਿਟੀ ਹੈ ਉਹ ਗੁਰੂ ਹੈ, ਗੁਰੂ ਕਾ ਹੁਕਮ ਹੈ। ਸਾਡੀਆਂ ਬਹੁਤ ਸਾਰੀਆਂ ਗੱਲਾਂ ਨੇ, ਜਿਵੇਂ ਅਸੀਂ ਬਹੁਤ ਸਾਰੀਆਂ ਚੀਜ਼ਾਂ 'ਚ ਕਹਿ ਦਿੰਦੇ ਹਾਂ ਕਿ ਗੁਰੂ, ਅਸੀਂ ਕਹਿੰਦੇ ਗੁਰੂ ਕਾ ਹੁਕਮ ਹੈ ਭਾਈ ਸਾਡੇ ਵਾਸਤੇ, ਹੁਣ ਜੋ ਮਰਜ਼ੀ, ਅਤੇ ਗੁਰੂ ਕਾ ਹੁਕਮ ਹੈ ਉਹਦੇ ਸਾਹਮਣੇ ਕੋਈ ਤਰਕ ਦਲੀਲ ਹੋਰ ਕੁਛ ਨਹੀਂ ਹੈ, ਬਸ ਉਹ ਸੋਲਿਡ ਵੇ ਨਾਲ ਅਡੋਪਟ ਕਰ ਲਿਆ। ਇੱਥੇ ਬਚਨ ਆਇਆ, ਅੰਗਦ ਕਿਰਪਾ ਧਾਰ, ਅੰਗਦ ਕਿਰਪਾ ਦੇ ਘਰ 'ਚ ਆਏ, ਦੂਸਰਾ ਜਾਮਾ ਜੋਤ, ਦੂਸਰੇ ਜਾਮੇ 'ਚ ਵਰਤਦੀ ਹੋਈ ਕਿਰਪਾ ਦੇ ਘਰ 'ਚ ਆਈ, ਅਮਰ ਸਤਿਗੁਰ ਥਿਰ ਕੀਓ, ਗੁਰੂ ਅਮਰਦਾਸ ਮਹਾਰਾਜ 'ਤੇ ਹੁਕਮ ਕੀਤਾ, ਉਹਨੂੰ ਥਿਰ ਕਰ ਦਿੱਤਾ, ਟਕਾ ਦਿੱਤਾ, ਅਤੇ ਵਾਕਿਆ 'ਚ ਟਕਾ ਦਿੱਤਾ। ਜੀਵਨ ਇੰਨੇ ਮਤਲਬ ਮੈਡੀਕਲ ਪਰਫੈਕਟ ਵਰਲਡ ਦੇ ਵਿੱਚ ਅੱਜ ਅਸੀਂ ਬੈਠੇ ਹਾਂ, ਅਤੇ ਜਿਹੜੀ ਰਿਟਾਇਰਮੈਂਟ ਏਜ ਆ ਉਹ 65 ਮੰਨੀ ਗਈ ਆ, ਪਰ ਇਹ ਮੰਨਿਆ ਜਾਂਦਾ ਹੈ ਕਿ ਦੈਟ ਇਜ਼ ਟੂ ਲੇਟ। ਜਿਹੜੀ ਪ੍ਰੋਡਕਟਿਵ ਏਜ ਆ ਉਹ ਆਫਟਰ 40-45 ਕਹਿੰਦੇ ਡਨ ਹੋ ਜਾਂਦੀ ਹੈ। ਜਿਹੜੀ ਕ੍ਰੀਏਟੀਵਿਟੀ ਹੈ ਉਹ 50 ਤੋਂ ਬਾਅਦ ਲੱਭਣੀ ਬਹੁਤ ਹਾਰਡ ਆ, ਇਸ ਕਰਕੇ ਨਵਾਂ ਬਲੱਡ ਹਾਇਰ ਕਰੋ, ਨਵੀਂ ਜਿਹੜੀ ਹੈ ਜਨਰੇਸ਼ਨ ਨੂੰ ਅੱਗੇ ਲੈ ਕੇ ਆਓ, ਇਹ ਸਾਰੇ ਰੂਪਤਾ ਆਉਂਦੀ। ਅਤੇ ਬਾਬਾ ਅਮਰਦਾਸ ਉਹ ਤਾਂ 60ਵੇਂ ਕ੍ਰੋਸ ਕਰਕੇ ਗੁਰੂ ਕੋਲ ਗਏ ਨੇ, 70ਵੇਂ ਕ੍ਰੋਸ ਕਰਦੇ ਹੋਏ ਗੱਦੀ ਆਸੀਨ ਹੁੰਦੇ ਨੇ, ਅਤੇ ਲੋਕ ਆ ਕੇ ਦੇਖਦੇ ਨੇ ਗੁਰੂ ਅਮਰਦਾਸ ਸਾਹਿਬ ਵੱਲ, ਬਿਰਧ ਬਾਬਾ, ਬਿਲਕੁਲ ਬਜ਼ੁਰਗ ਬਹੀਸ਼, ਉਹ ਗੱਦੀ 'ਤੇ ਆਸੀਨ ਆ, ਅਤੇ ਉਹ ਪੁੱਛਦੇ ਨੇ, ਉਹ ਬੜੀ ਵੱਡੀ ਜ਼ਿੰਮੇਵਾਰੀ ਹੈ ਤੁਹਾਡੇ ਮੋਢਿਆਂ 'ਤੇ, ਬੜਾ ਕੰਮ ਕਾਰ ਹੈ, ਏਡੀ ਵੱਡੀ ਇੱਕ ਟਾਊਨਸ਼ਿਪ ਬਣ ਰਹੀ ਹੈ ਗੋਇੰਦਵਾਲ ਦੀ, ਅਕਬਰ ਵਰਗਾ ਮਤਲਬ ਏਡਾ ਵੱਡਾ ਬਾਦਸ਼ਾਹ ਹੈ ਹਿੰਦ, ਉਹ ਦੰਦਾਂ ਥੱਲੇ ਉਂਗਲਾਂ ਚੱਬਦਾ ਹੈ ਵੀ ਆਹ ਕਮਾਲ ਹੀ ਕੀਤੀ ਪਈ ਹੈ, ਰਿਆਸਤਾਂ ਸਿਆਸਤਾਂ ਵਾਲਿਆਂ ਤੋਂ ਕੁਛ ਨਹੀਂ ਹੋ ਪਾ ਰਿਹਾ, ਐਸੇ ਐਸੇ ਨਗਰ ਉਸਰ ਰਹੇ ਨੇ, ਇਹ ਕਮਾਲ ਦੇ ਰੂਪ ਦੇ ਵਿੱਚ ਰਿਆਇਆ ਜਿਹੜੀ ਹੈ ਉਹ ਅਲਾਈਨ ਕਰ ਦਿੱਤੀ ਹੈ ਵੱਡੇ ਹਾਇਰ ਸਕੂਲ ਆਫ ਥਾਟ ਦੇ ਨਾਲ, ਪੈਗੰਬਰੀ ਧਾਰਾ ਦੇ ਵਿੱਚ ਇਹ ਕਿਵੇਂ ਹੋ ਗਿਆ? ਅਤੇ ਸਾਰਾ ਕੁਝ ਵੇਖਦਿਆਂ ਹੋਏ ਲੋਕਾਂ ਨੇ ਕਿਹਾ, ਹਾਂ ਬਜ਼ੁਰਗ ਉਹ ਕੰਮ ਬੜਾ ਆ। ਬਾਬਾ ਜੀ ਕਹਿੰਦੇ ਨਾ, ਇਹ ਬਾਬਾ ਜੀ ਦੇ ਬਚਨ ਗੁਰੂ ਅਮਰਦਾਸ ਸਾਹਿਬ ਦੇ ਨੇ, ਗੁਰਮੁਖ ਬੂਢੇ ਕਦੇ ਨਾ ਹੀ, ਕਿਉਂ? ਜਿਹਨਾਂ ਅੰਤਰ ਸੁਰਤ ਗਿਆਨ, ਜਦੋਂ ਸੁਰਤ ਅਤੇ ਗਿਆਨ ਬਿਲਕੁਲ ਉਸ ਡਿਵਾਈਨ ਨਾਲ ਅਲਾਈਨ ਹੋ ਜਾਏ ਨਾ ਸਿੱਧੇ ਰੂਪ ਦੇ ਵਿੱਚ, ਫਿਰ ਸਿਰਫ ਇਹ ਚੋਗਾ ਰਹਿ ਜਾਂਦਾ ਹੈ,
ਅਤੇ ਇਹਦੀ ਯੂਨੀਵਰਸਲ ਐਨਰਜੀ ਦੇ ਨਾਲ ਚੱਲ ਰਿਹਾ ਆਪ ਰੂਪ ਦੇ ਵਿੱਚ, ਉਭਰਤ ਰਿਹਾ ਉਸ ਤਰੀਕੇ ਨਾਲ। ਸੋ ਇੱਥੇ ਬਚਨ ਆਇਆ ਉਹ ਥਿਰ ਹੋ ਗਿਆ, ਕਿਹਾ ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਉਸੇ ਗੁਰੂ ਅਮਰਦਾਸ ਮਹਾਰਾਜ ਨੇ ਅੰਮ੍ਰਿਤ ਮੀਨ ਆਪਣੇ ਵਾਲਾ, ਅਮਰਦਾਸ ਜੀ ਵਾਲਾ ਛਤਰ। ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਤੀਸਰੇ ਸਕਸੈਸਰ ਨੇ, ਬਜ਼ੁਰਗ ਨੇ, ਹਸਤੀ ਐਸੀ ਕਿ ਅਕਬਰ ਵਰਗਾ ਬਾਦਸ਼ਾਹ ਵੀ ਆ ਕੇ ਉਹਨਾਂ ਦੀ ਪੁਆਂਦ ਬੈਠਦਾ, ਉਹਨਾਂ ਦੇ ਆ ਕੇ ਚਰਨਾਂ 'ਚ ਬੈਠਦਾ ਇਸ ਰੂਪ ਦੇ ਵਿੱਚ। ਐਡਾ ਵੱਡਾ ਛਤਰ ਅਤੇ ਦੇ ਦਿੱਤਾ ਕਿਸ ਨੂੰ, ਜਿਸ ਨੂੰ ਕਿਹਾ ਜਾਂਦਾ ਸੀਗਾ ਇਹ ਅਨਾਥ ਬੱਚਾ ਹੈ, ਇਹ ਗੁਰਬਤ 'ਚ ਪਲਿਆ ਹੋਇਆ ਬੱਚਾ ਹੈ। ਉਹ ਛਤਰ ਗੁਰੂ ਅਮਰਦਾਸ ਮਹਾਰਾਜ ਵਾਲਾ ਆਪਣਾ ਛਤਰ ਗੁਰੂ ਰਾਮੈ ਦੀਓ ਗੁਰੂ ਰਾਮਦਾਸ ਮਹਾਰਾਜ ਨੂੰ ਦੇ ਦਿੱਤਾ। ਕਿਹਾ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ ਗੁਰੂ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅੰਮ੍ਰਿਤ ਬਯਣ। ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਆਪਣਾ ਦਰਸ਼ਨ ਆਪਣੇ ਉਸ ਸ਼ਹਿਜ਼ਾਦੇ ਨੂੰ, ਉਸ ਸਾਹਿਬਜ਼ਾਦੇ ਨੂੰ ਬਖਸ਼ ਦਿੱਤਾ ਜਿਹਦੇ ਬਯਣ ਅੰਮ੍ਰਿਤ ਵਰਗੇ ਹੋ ਗਏ, ਗੁਰੂ ਅਰਜਨ ਮਹਾਰਾਜ। ਦੇਖੋ ਇਸ ਤਰ੍ਹਾਂ ਜਾਣੀਏ ਕਿ ਨਾ ਬਾਬਾ ਜੀ ਦਾ ਇੱਕ ਬਚਨ ਹੈ, ਮਹਾਰਾਜ ਕਹਿੰਦੇ ਦਾਦਰ ਤੂੰ ਕਬਹਿ ਨਾ ਜਾਣਸ ਰੇ, ਪਕਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਹਿ ਲਖਸ਼ ਰੇ। ਕੌਲ ਦਾ ਫੁੱਲ ਪਾਣੀ 'ਚ ਖਿੜਦਾ ਆ, ਅਤੇ ਕੌਲ ਦੇ ਫੁੱਲ ਦੇ ਕੋਲ ਸਭ ਤੋਂ ਜ਼ਿਆਦਾ ਜਿਹਦੇ ਕੋਲ ਐਕਸੈਸੀਬਿਲਿਟੀ ਹੈ ਕੌਲ ਦੇ ਫੁੱਲ ਦੀ, ਲੋਟਸ ਫਲਾਵਰ ਦੀ, ਉਹ ਪਤਾ ਕੌਣ ਹੈ? ਉਹ ਹੈਗਾ ਜਿਹੜਾ ਜਿਹਨੂੰ ਡੱਡੂ ਕਹਿੰਦੇ ਹਾਂ ਅਸੀਂ, ਦਾਦਰ। ਜਿਹੜਾ ਫਰੋਗ ਆ ਉਹਦੀ ਰਸਾਈ ਸਭ ਤੋਂ ਪਹਿਲਾਂ ਆ ਉਸ ਕੌਲ ਦੇ ਫੁੱਲ ਦੇ ਕੋਲ, ਪਰ ਗਜਬ ਇਹ ਹੈ ਉਹ ਕੌਲ ਦੇ ਫੁੱਲ ਦੇ ਬਿਲਕੁਲ ਪੈਰਾਂ 'ਚ ਰਹਿੰਦਾ, ਉਹ ਕਾਈ ਖਾਂਦਾ, ਰਸ ਨਹੀਂ ਪੀ ਸਕਦਾ, ਕੌਲ ਦੇ ਫੁੱਲ ਦਾ ਰਸ ਭੌਰਾ ਲੈਂਦਾ ਦੂਰੋਂ ਆ ਕੇ। ਮੋਸਟਲੀ ਇਹ ਮੰਨਿਆ ਜਾਂਦਾ, ਅੱਜ ਤੱਕ ਦੀ ਸਟੱਡੀ ਇਹ ਕਹਿੰਦੀ ਹੈ, ਜਦੋਂ ਘਰਾਂ ਦੇ ਵਿੱਚ ਬਹੁਤ ਸਿਆਣਪ ਦਾ ਦਰਿਆ ਵਗਦਾ ਹੋਏ, ਅਸੀਂ ਦੇਖਿਆ ਬੜੇ ਬੜੇ ਆਲਮੀ ਪ੍ਰੋਫੈਸਰ, ਟੀਚਰ, ਸਕਾਲਰ, ਮਤਲਬ ਫਿਲੋਸਫਰ ਲੋਕ, ਉਹਨਾਂ ਦੇ ਆਪਣੇ ਘਰਾਂ ਦੇ ਬੱਚੇ ਉਹਦਾ ਕੋਈ ਫਾਇਦਾ ਨਹੀਂ ਚੱਕਦੇ, ਜ਼ੀਰੋ। ਦੇ ਹੈਵ ਨੋ ਆਈਡੀਆ ਐਕਚੁਲੀ ਘਰ ਦੇ 'ਚ ਕਿਹੜੀ ਵਿਧਾ ਵਗ ਰਹੀ ਹੈ। ਇਹ ਤਾਂ ਕਿਤੇ ਕੋਈ ਕੁਦਰਤ ਤਰਸ ਕਰਦੀ ਇਸ ਰੂਪ ਦੇ ਵਿੱਚ, ਅਤੇ ਕਿਤੇ ਕਿਤੇ ਕੋਈ ਇਹੋ ਜਿਹਾ ਚਮਤਕਾਰ ਵਾਪਰਦਾ। ਵੈਸੇ ਕਿਹਾ ਜਾਂਦਾ ਆ ਬੂਟੇ 'ਤੇ ਬੂਟਾ ਨਹੀਂ ਲੱਗਦਾ, ਬੂਟਾ ਹਮੇਸ਼ਾ ਜਿੱਥੇ ਜ਼ਮੀਨ ਨੀਵੀਂ ਹੁੰਦੀ, ਖੱਡੇ ਪੱਟੇ ਹੁੰਦੇ, ਜਗ੍ਹਾ ਬਣੀ ਹੁੰਦੀ, ਉੱਥੇ ਲੱਗਦੇ ਨੇ। ਇੱਕ ਆਲਰੇਡੀ ਬੂਟਾ ਲੱਗਾ ਐਡਾ ਵੱਡਾ, ਉਸ ਬੂਟੇ 'ਤੇ ਇੱਕ ਬੂਟਾ ਹੋਰ ਕਿਵੇਂ ਲਾ ਦਿਓਗੇ? ਜਿਹਨਾਂ ਘਰਾਂ ਥਾਵਾਂ 'ਚ ਲੈਗੇਸੀ ਆਲਰੇਡੀ ਜਿਹੜੀ ਹੈ ਉਹ ਚੱਲ ਰਹੀ ਹੋਏ, ਇਟਸ ਹੈਪਨਿੰਗ ਓਵਰ ਦੇਅਰ, ਦੈਨ ਇਟਸ ਹਾਰਡ ਟੂ ਕ੍ਰੀਏਟ ਨਿਊ ਲੈਗੇਸੀ, ਕੋਈ ਕੰਪੀਟ ਕਿਵੇਂ ਕਰੋਗੇ ਉੱਥੇ? ਇਹ ਬੜੀ ਵੱਡਾ ਚੈਲੰਜ ਹੁੰਦਾ ਹੈ। ਪਰ ਧੰਨ ਗੁਰੂ ਰਾਮਦਾਸ ਮਹਾਰਾਜ, ਐਸੀ ਕਿਰਪਾ ਵਰਤਾਈ ਕਿ ਆਪਣੇ ਘਰ ਦੇ ਵਿੱਚ ਆਪਣੇ ਫਰਜਿੰਦ ਨੂੰ ਉਹ ਦਰਸ਼ਨ ਦੇ ਦਿੱਤਾ ਜੋਤ ਵਾਲਾ, ਉਹਨਾਂ ਨੂੰ ਜੋਤ ਦਿਸ ਗਈ, ਉਹਨਾਂ ਨੂੰ ਪਿਤਾ ਨਹੀਂ ਦਿਸਿਆ, ਉਹ ਗੁਰੂ ਅਰਜਨ ਮਹਾਰਾਜ ਗੁਰੂ ਰਾਮਦਾਸ ਸਾਹਿਬ ਨੂੰ ਨਾਨਕ ਦੀ ਜੋਤ ਦਾ ਅਹਿਸਾਸ ਲੈ ਕੇ ਉਸ ਰੂਪ ਵਿੱਚ ਅਮਾ ਗਏ ਆਪਣੇ ਅੰਦਰ। ਬਚਨ ਆਇਆ ਕਿਹਾ ਗੁਰੂ ਰਾਮਦਾਸ ਦਰਸ਼ਨ ਪਰਸ ਕਿਹਾ ਕਹਿ ਮਥੁਰਾ ਅੰਮ੍ਰਿਤ ਬਯਣ। ਉਸਨੇ ਇਸ ਰੂਪ ਵਿੱਚ ਅੰਮ੍ਰਿਤ ਬਚਨ ਉਚਾਰਨ ਬਾਣੀ ਦਾ ਧਾਰਨੀ ਬਣਾ ਦਿੱਤਾ ਗੁਰੂ ਅਰਜਨ ਮਹਾਰਾਜ ਨੂੰ। ਮੂਰਤ ਪੰਚ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ, ਗੁਰੂ ਅਰਜਨ ਮਹਾਰਾਜ ਨੇ ਉਸ ਸੱਚ ਦੀ ਮੂਰਤ ਨੂੰ ਆਪਣੀ ਨੈਣਾਂ ਦੇ ਜ਼ਰੀਏ ਆਪਣੇ ਅੰਦਰ ਅਮਾ ਲਿਆ, ਜੋ ਗੁਰੂ ਨਾਨਕ ਦੇ ਚਾਰ ਜਾਮਿਆਂ 'ਚ ਵਰਤ ਕੇ ਅਤੇ ਅੱਜ ਪੰਜਵੇਂ ਰੂਪ ਦੇ 'ਚ ਵਰਤ ਰਹੀ ਹੈ। ਅੱਜ ਪੰਜਵਾਂ ਸਤਿਗੁਰੂ ਕੋਈ ਹੋਰ ਨਹੀਂ ਗਾ, ਉਹ ਪੰਜਾਂ ਜਾਮਿਆਂ 'ਚ ਵਰਤੀ ਹੋਈ ਜੋਤ ਦਾ ਹੀ ਰੂਪ ਹੋ ਕੇ ਵਰਤ ਰਿਹਾ ਹੈ। ਬਸ ਮੈਂ ਤਾਂ ਕਹਿੰਦਾ ਗੁਰੂ ਸਾਹਿਬ ਨੂੰ ਅਸੀਂ ਧੰਨ ਕਹਿੰਦੇ ਹਾਂ, ਮਥੁਰਾ ਜੀ ਤੁਹਾਨੂੰ ਵੀ ਧੰਨ ਹੀ ਕਹੀਏ, ਧੰਨ ਮਥੁਰਾ, ਜਿਨ੍ਹਾਂ ਨੇ ਇਹ ਸਾਰੀ ਚੀਜ਼ ਨੂੰ ਵੇਖਿਆ ਅਤੇ ਸਾਨੂੰ ਵਿਖਾ ਦਿੱਤਾ ਸ਼ਬਦ ਦੇ ਜ਼ਰੀਏ, ਹੈ ਨਹੀਂ ਕਮਾਲ? ਇਹ ਗੁਰੂ ਭਗਤੀ ਹੈ। ਸਾਡੇ ਅਨਫੋਰਚੁਨੇਟ ਪਾਰਟ ਇਹ ਹੈ ਕਿ ਅਸੀਂ ਉਸ ਕਿਸਮ ਦੇ ਨਾਂ 'ਤੇ ਪਾਠ ਕਰ ਪਾ ਰਹੇ ਹਾਂ, ਨਾ ਉਸ ਕਿਸਮ ਦੇ ਨਾਲ ਕੁਝ ਆਪਣੀ ਇਨਵੈਸਟਮੈਂਟ ਟਾਈਮ ਦੀ ਕਰ ਪਾ ਰਹੇ ਹਾਂ। ਆਪ ਸੰਗਤ ਦੇ ਹਜ਼ੂਰ ਆਉਂਦੇ ਹੋ, ਟਾਈਮ ਕੱਢ ਕੇ ਇਤਨਾ ਸਪੈਂਡ ਕਰਦੇ ਹੋ ਟਾਈਮ ਜਾਂ ਲਾਈਵ
ਜੋ ਸੰਗਤ ਸੁਣਦੀ ਹੈ ਜਾਂ ਸਾਡੇ ਯੂਟਿਊਬ ਚੈਨਲ ਰਾਹੀਂ, ਮੈਂ ਧੰਨਵਾਦ ਕਰਦਾ ਹਾਂ ਮਾਲਕ ਆਪ ਸਮੂਹ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰੇ, ਦਿੱਤਾ ਹੋਇਆ ਸਮਾਂ ਸਮਾਪਤ ਆ, ਭਾਈ ਸਾਹਿਬ ਸਮੁੱਚੀ ਸਮਾਪਤੀ ਕਰਾਉਂਦੇ ਨੇ, ਮੈਨੂੰ ਇੱਥੇ ਇਜਾਜ਼ਤ ਦੇ ਕੇ ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।